ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮੋਨੀ ਗਿੱਲ। ਸਤਿ ਸ਼੍ਰੀ ਅਕਾਲ, ਨਮਸਕਾਰ, ਅਸਲਾਮ ਅਲੈਕੁਮ, ਮੈਂ ਹਾਂ ਕੁਲਦੀਪ ਗਿੱਲ ਔਰ ਤੁਸੀਂ ਦੇਖ ਰਹੇ ਹੋ ਜਸਟ ਚਿਲ ਵਿਦ ਮਿਸਟਰ ਐਂਡ ਮਿਸਿਸ ਗਿੱਲ। ਅੱਜ ਤੁਸੀਂ ਸੋਚੋਗੇ ਕਿ ਅੱਜ ਪਤਾ ਨਹੀਂ ਕੀ ਕਰਨ ਲੱਗੇ ਨੇ, ਕਿਉਂਕਿ ਜਦੋਂ ਅਸੀਂ ਬਹਿੰਦੇ ਹਾਂ ਤਾਂ ਇੱਕ ਚਿਲ ਕਰਨੇ ਹਾਂ, ਲੇਕਿਨ ਅੱਜ ਜਿਹੜੀ ਹਸਤੀ ਸਾਡੇ ਨਾਲ ਬੈਠੀ ਹੈ, ਅਸੀਂ ਆਪਣੇ ਆਪ ਨੂੰ ਬੜੇ ਖੁਸ਼ਨਸੀਬ ਸਮਝ ਰਹੇ ਹਾਂ ਕਿ ਇਹ ਸਾਡੇ ਕੋਲ ਸਾਡੇ ਸਟੂਡੀਓ ਆਏ ਨੇ ਔਰ ਇਹਨਾਂ ਨੇ ਆ ਕੇ ਜੋ ਦੱਸਿਆ ਕਿ ਇਹ ਕੀ ਕਰਨਾ ਚਾਹ ਰਹੇ ਨੇ ਕਮਿਊਨਿਟੀ ਲਈ ਔਰ ਹਾਲ ਤੱਕ ਇਹਨਾਂ ਨੇ ਕੀ ਕੀਤਾ। ਇਹ ਇਜ਼ ਅ ਵੈਰੀ ਇੰਪ੍ਰੈਸਿਵ ਪਰਸਨੈਲਿਟੀ। ਡਾਕਟਰ ਕਾਜ਼ਮੀ, ਤੁਹਾਡਾ ਵੈਲਕਮ ਹੈ ਸਾਡੇ ਸ਼ੋਅ 'ਤੇ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਯਾਦ ਕੀਤਾ ਔਰ ਇੰਨੇ ਚੰਗੇ ਮੌਕੇ 'ਤੇ ਯਾਦ ਕੀਤਾ। ਬਹੁਤ ਸ਼ੁਕਰ। ਬਿਲਕੁਲ, ਅਤੇ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ। ਆਈ ਨੋ ਕਿ ਤੁਸੀਂ ਇੰਨੇ ਸਾਰੇ, ਆਈ ਵਾਸ ਕੀਪ ਲੁਕਿੰਗ ਤੁਹਾਡੀ ਯੂਟਿਊਬ 'ਤੇ, ਮੈਂ ਸਰਚ ਕਰਦੀ ਪਈ ਸੀ, ਜਦੋਂ ਗੂਗਲ ਕੀਤਾ ਤਾਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਈਆਂ। ਸੋ ਡੀ ਐਮ ਵੀ ਦੇ ਆਈ ਥਿੰਕ ਦੀ ਰਾਈਟ ਪਲੈਟਫਾਰਮ ਰਾਈਟ ਨਾਓ ਯੂ ਆਰ ਔਨ। ਮੈਂ ਬ੍ਰੈਕ ਕਰ ਰਹੀ ਹਾਂ, ਅੱਛਾ ਮੈਂ ਆਪਣਾ ਰਾਈਟ ਪਲੈਟਫਾਰਮ ਔਰ ਬਿਲਕੁਲ ਸਹੀ ਹੋਸਟ ਦੇ ਨਾਲ ਬੈਠੇ ਹੋ ਤੁਸੀਂ। ਔਰ ਮੈਂ ਸਮਝ ਗਿਆ ਕਿ ਅੱਜ ਦਾ ਦਿਨ ਔਰ ਇਹ ਲੰਬੇ ਜਿਹੜੇ ਅਸੀਂ ਗੁਜ਼ਾਰ ਰਹੇ ਹਾਂ ਜੀ, ਮੈਂ ਸਮਝ ਰਿਹਾ ਕਿ ਸਾਰੇ ਲੋਕਾਂ ਵਾਸਤੇ ਬੜੇ ਖੁਸ਼ੀ ਦੇ ਲੰਬੇ ਨੇ। ਔਰ ਜਿਹੜੀ ਗੱਲ ਦੇ ਨਾਲ ਤੁਸੀਂ ਮੈਨੂੰ ਸਵਾਗਤ ਕੀਤਾ ਮੇਰਾ ਔਰ ਖੁਸ਼ਾਮਦੀਦ ਕਿਹਾ, ਮੇਰੇ ਖਿਆਲ ਇੱਕ ਬਹੁਤ ਖੂਬਸੂਰਤ ਗੱਲ ਹੈ। ਇੱਕ ਦੂਸਰੇ ਦੇ ਨਾਲ ਮੁਸਕਰਾਹਟਾਂ ਦੇ ਨਾਲ ਤਬਾਦਲਾ ਕਰਨਾ ਚਾਹੀਦਾ ਅਤੇ ਗੱਲਬਾਤ ਕਰਨੀ ਚਾਹੀਦੀ ਹੈ। ਮੈਂ ਬਹੁਤ ਇੰਪ੍ਰੈਸ ਹੋਇਆ ਤੁਹਾਡੇ ਸਟੂਡੀਓਜ਼ ਵੀ ਆ ਕੇ, ਹਕੀਕੀ ਮਾਨਿਆ ਸਟੇਟ ਆਫ ਦੀ ਆਰਟ ਸਟੂਡੀਓ, ਔਰ ਤੁਹਾਡਾ ਜਿਹੜਾ ਕੰਮ ਹੈ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਟਰਾਂਸਫਾਰਮ ਕਰਦੇ ਨਾ ਦਿਲ ਦੇ ਮਾਮਲਾਤ ਨੂੰ, ਇਸ ਤਰ੍ਹਾਂ ਟਰਾਂਸਫਾਰਮ ਕਰੇਗਾ। Sky is the limit. ਕਹਿੰਦੇ ਨੇ ਇੱਕ ਦਿਲ ਦੀ ਆਵਾਜ਼ ਇੱਕ ਦਿਲ 'ਚ ਗਈ, ਫਿਰ ਉਸ ਦਿਲ ਦੀ ਆਵਾਜ਼ ਵਾਪਸ ਆਈ। ਇਹ ਸਾਡੇ ਪਿਆਰੇ ਵਤਨ ਪਾਕਿਸਤਾਨ ਤੋਂ ਬਿਲੋਂਗ ਕਰਦੇ ਨੇ, ਅਸੀਂ ਹਿੰਦੁਸਤਾਨ ਤੋਂ ਆ, ਲੇਕਿਨ ਅੱਜ ਤੱਕ ਜਿੰਨੇ ਵੀ ਸਾਡੇ ਗੈਸਟ ਆਏ ਨੇ ਪਾਕਿਸਤਾਨ ਹਿੰਦੁਸਤਾਨ ਦੇ, ਸਾਨੂੰ ਇੰਝ ਕਦੀ ਲੱਗਿਆ ਹੀ ਨਹੀਂ ਕਿ ਅਸੀਂ ਵੱਖਰੇ ਹਾਂ, ਕੁਛ ਡਿਫਰੈਂਟ ਹੈ। ਸਾਡੀ ਬੋਲੀ ਇੱਕ ਹੈ, ਸਾਡੀ ਪਹਿਚਾਣ ਇੱਕ ਹੈ, ਸਾਡੇ ਖੂਨ ਦਾ ਰੰਗ ਵੀ ਇੱਕ ਹੈ। ਬਿਲਕੁਲ ਐਸਾ ਹੀ, ਬਿਲਕੁਲ ਐਸਾ ਹੀ। ਦਰਅਸਲ ਇਨਸਾਨ ਜਿਹੜਾ ਕਿਤੇ ਵੀ ਹੈ, ਉਹ ਸਾਰੀਆਂ ਚੀਜ਼ਾਂ ਦਾ ਆਪਣੇ ਤੌਰ 'ਤੇ ਤਹਫੁਜ਼ ਤਾਂ ਕਰਦਾ ਹੈ, ਉਹਨੂੰ ਆਪਣੇ ਇਲਾਕੇ ਬੜੇ ਅਜ਼ੀਜ਼ ਹੁੰਦੇ ਨੇ, ਆਪਣਾ ਵਤਨ ਵੀ ਬੜਾ ਅਜ਼ੀਜ਼ ਹੁੰਦਾ, ਆਪਣਾ ਸ਼ਹਿਰ, ਆਪਣਾ ਕਲਚਰ। ਲੇਕਿਨ ਹਕੀਕਤ ਵਿੱਚ ਦੇਖਿਆ ਜਾਏ ਤਾਂ ਸਾਡੀ ਬੁਨਿਆਦ ਤਾਂ ਇੱਕ ਕਿ ਰੱਬ ਨੇ ਇੱਕੋ ਜਿਹੇ ਪੈਦਾ ਕੀਤਾ ਔਰ ਇੱਕੋ ਜਿਹੀ ਸੋਚ, ਉਹਨਾਂ ਸੋਚਾਂ ਨੂੰ ਅਸੀਂ ਆਪ ਹੀ ਮੁਖਤਲਿਫ ਤਾਰੇ ਦਿੰਦੇ ਹਾਂ, ਕੋਈ ਕਿਸੇ ਤਾਰੇ 'ਚ ਹੁੰਦਾ, ਕੋਈ ਕਿਸੇ ਤਾਰੇ 'ਚ ਹੁੰਦਾ, ਲੇਕਿਨ ਹਕੀਕੀ ਮਾਨੇ 'ਚ ਰੱਬ ਦੀ ਦਿੱਤੀ ਹੋਈ ਸੋਚ ਜਿਹੜੀ ਹੈ ਔਰ ਮੁਹੱਬਤ ਜਿਹੜੀ ਹੈ, ਉਹਦਾ ਇੱਕੋ ਹੀ ਨਾਂ ਹੈ ਔਰ ਉਹ ਹੈ ਇਨਸਾਨ ਦੇ ਨਾਲ ਮੁਹੱਬਤ ਔਰ ਇਨਸਾਨ। ਬਹੁਤ ਵੱਡਾ ਰੀਜ਼ਨ ਨੇ ਡੀ ਐਮ ਵੀ ਦੇ ਵਿੱਚ ਪੀਸ ਕਾਇਮ ਕਰਨ ਦੇ ਵਿੱਚ। ਔਰ ਆਈ ਥਿੰਕ ਤੁਸੀਂ ਆਰਗਨਾਈਜੇਸ਼ਨ ਨਾਲ ਕੰਮ ਵੀ ਕਰਦੇ ਹੋ ਜਿਹੜਾ ਇਸ ਰਿਲੇਟਿਡ ਹੈ, ਥੋੜ੍ਹਾ ਜਿਹਾ ਪਲੀਜ਼ ਆਪਣੇ ਬਾਰੇ ਬੈਕਗਰਾਊਂਡ ਸਾਨੂੰ ਦੱਸੋ, ਸਿੰਸ ਤੁਸੀਂ ਸਾਡੇ ਨਾਲ ਜਾਂ ਸਾਡੀ ਜਿਹੜੀ ਆਡੀਅੰਸ ਹੈਗੀ ਹੈ ਉਹਨਾਂ ਨਾਲ ਪਹਿਲੀ ਵਾਰ ਕਹਿ ਲਓ ਆਮਣਾ ਸਾਹਮਣਾ ਤੁਹਾਡਾ ਹੋ ਰਿਹਾ ਹੈ ਉਹਨਾਂ ਨਾਲ, ਅਤੇ ਪਲੀਜ਼ ਆਪਣੇ ਬਾਰੇ ਥੋੜ੍ਹੀ ਡਿਟੇਲ ਦੱਸੋ। ਮੈਂ ਸਮਝਣਾ, ਮੈਂ ਸਭ ਤੋਂ ਪਹਿਲੇ ਤਾਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਇਸ ਮਕਸਦ ਵਾਸਤੇ ਕਿ ਤਾਂ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਗਾਹੀ ਹੋਏ ਕਿ ਅਸੀਂ ਕੀ ਕਰ ਰਹੇ ਹਾਂ ਜੀ ਔਰ ਕੀ ਕਰ ਸਕਦੇ ਹਾਂ। ਸਭ ਤੋਂ ਵੱਡੀ ਗੱਲ ਜਿਹੜੀ, ਮੈਂ ਗੁਜ਼ਸ਼ਤਾ 25 ਸਾਲ ਤੋਂ ਅਮਨ ਦੇ ਪਰਸਪੈਕਟਿਵ ਵਿੱਚ ਕੰਮ ਕਰ ਰਿਹਾ। ਅੱਛਾ, ਕਿ ਦੁਨੀਆ ਵਿੱਚ ਕਿਆਮ ਅਮਨ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਅਮਨ, ਉਹਦਾ ਫੰਡਾਮੈਂਟਲ ਜਿਹੜਾ ਉਹ ਤੇ ਹੋਇਆ ਮੁਹੱਬਤ, ਜਿਹਦਾ ਜ਼ਿਕਰ ਤੁਸੀਂ ਕੀਤਾ, ਜਿਹਦੇ ਪ੍ਰੋਗਰਾਮ ਦਾ ਆਗਾਜ਼ ਵੀ ਕੀਤਾ। ਇਹ ਜਿਹੜਾ ਇਵੈਂਟ ਇੱਕ ਅਸੀਂ ਪਲਾਨ ਕਰ ਰਹੇ ਹਾਂ 23 ਜੂਨ ਨੂੰ, ਓਕੇ, ਇਹ ਬੁਨਿਆਦੀ ਤੌਰ 'ਤੇ ਅਮੈਰੀਕਨ ਲੀਡਰਸ਼ਿਪ ਕਾਨਫਰੰਸ ਹੈ। ਅਸੀਂ ਹਰ ਕੁਆਟਰ ਦੇ ਵਿੱਚ, ਹਰ ਛਮਾਹੀ 'ਚੋਂ ਹਰ ਤੀਸਰੇ ਮਹੀਨੇ ਇੱਕ ਪ੍ਰੋਗਰਾਮ ਕਰਨੇ ਹੈ ਜਿਹੜਾ ਅਮੈਰੀਕਨ ਲੀਡਰਸ਼ਿਪ ਕਾਨਫਰੰਸ ਦੇ ਨਾਂ 'ਤੇ ਹੁੰਦਾ। ਉਹਦੇ ਵਿੱਚ ਅਸੀਂ ਯਕੀਨਨ ਅਸੀਂ, ਮੈਂ ਸਮਝਦਾ ਕਿ ਬੜੇ ਬਲੈਸਡ ਹਾਂ ਕਿ ਅਸੀਂ ਦੁਨੀਆ ਦੇ ਉਸ ਖਿੱਤੇ 'ਚ ਹਾਂ ਕਿ ਜਿੱਥੇ ਡਾਇਵਰਸਿਟੀ ਦੀ ਇੱਜ਼ਤ ਕੀਤੀ ਜਾਂਦੀ ਹੈ, ਜਿੱਥੇ ਮਲਟੀਕਲਚਰਲ ਸਾਡੀ ਸੋਸਾਇਟੀ ਹੈ। ਅਸੀਂ ਮੁਖਤਲਿਫ ਬੈਕਗਰਾਊਂਡ ਦੇ ਨਾਲ ਜਦੋਂ ਇੱਕ ਦੂਸਰੇ ਦੇ ਨਾਲ ਮੁਖਾਤਿਬ ਹੁੰਦੇ ਹਾਂ ਤਾਂ ਸਾਨੂੰ ਇੰਝ ਲੱਗਦਾ ਕਿ ਦੂਸਰਾ ਵੀ ਮੇਰੇ ਜਿਹੜਾ ਬੋਲ ਰਿਹਾ ਉਹ ਮੇਰੀ ਆਪਣੀ ਗੱਲ ਹੀ ਕਰ ਰਿਹਾ, ਅਤੇ ਉਹ ਉਸ ਚੀਜ਼ ਨੂੰ, ਮੈਂ ਸਮਝਣਾ, ਕਾਇਮ ਰੱਖਣ ਵਾਸਤੇ ਜ਼ਰੂਰੀ ਹੈ ਕਿ ਅਸੀਂ ਬੁਨਿਆਦੀ ਜ਼ਰੂਰਤਾਂ ਜਿਹੜੀਆਂ ਉਹਨੂੰ ਪੂਰੀਆਂ ਕਰੀਏ, ਇੱਕ ਦੂਸਰੇ ਦੇ ਨਾਲ ਮੁਕਾਲਮਾ ਕਰੀਏ। ਅਸੀਂ ਮੁਖਤਲਿਫ ਸੈਮੀਨਾਰ, ਸਿੰਪੋਜ਼ੀਅਮਸ, ਕਾਨਫਰੰਸਿਸ ਜਾਂ ਲਿਖ ਪੜ੍ਹ ਕੇ ਜੋ ਕੁਝ ਵੀ ਕਰ ਸਕਦੇ ਹਾਂ, ਲੋਕਾਂ ਨੂੰ ਐਜੂਕੇਟ ਕਰ ਸਕਦੇ ਹਾਂ ਪੀਸ ਵਾਸਤੇ, ਅਮਨ ਵਾਸਤੇ। ਦੁਨੀਆ ਦੀ ਸਭ ਤੋਂ ਵੱਡੀ ਇਸ ਵੇਲੇ ਜ਼ਰੂਰਤ ਜਿਹੜੀ ਉਹ ਅਮਨ ਹੈ, ਮੈਂ ਸਮਝਦਾ। ਬਿਲਕੁਲ, ਅਗਰ ਅਮਨ ਹੋਏਗਾ ਤੇ ਦੁਨੀਆ ਜਿਹੜੀ ਹੈ ਖੁਸ਼ਹਾਲੀ ਵੱਲ ਵਧੇਗੀ। ਉਹਦੇ ਚ ਅਸੀਂ, ਤੁਸੀਂ ਕੀ ਕਰ ਰਹੇ ਹੋ 23rd ਨੂੰ, ਸਾਡੇ ਗੈਸਟ ਕੌਣ ਨੇ, ਕੌਣ ਕੌਣ ਆ ਰਿਹਾ ਹੈ, ਕਿਹੜਾ ਵੈਨਿਊ ਹੈ ਜੀ? 23rd ਆਫ ਜੂਨ ਨੂੰ ਅਸੀਂ ਵਾਸ਼ਿੰਗਟਨ ਟਾਈਮਸ 'ਚ, ਇਟਸ ਅ ਬਿਊਟੀਫੁਲ ਪਲੇਸ ਜੀ ਔਰ ਵਨ ਆਫ ਦੀ ਬਿਊਟੀਫੁਲ ਮੋਨੂਮੈਂਟ ਆਫ ਦੀ ਵਾਸ਼ਿੰਗਟਨ ਡੀਸੀ ਏਰੀਆ ਜੀ। ਡੈਫੀਨੇਟਲੀ ਇਹ ਇੱਕ ਮੀਡੀਆ ਦਾ ਇੱਕ, ਮੈਂ ਸਮਝਦਾ ਕਿ ਆਈਕੋਨਿਕ ਪਲੇਸ ਹੈ ਵਾਸ਼ਿੰਗਟਨ ਟਾਈਮਸ ਜਿਹੜੀ ਹੈ,
और अपने अपने धड़िया दी लोग गल्लां करदे ने, लेकिन बड़े मैं समझदा कि बहुत मुहतात होकर तमाम लोगों की गलबात करती है वाशिंगटन टाइम्स वाले, इस सैकेंड लार्जेस्ट न्यूज़पेपर, उन्होंने नाल जिहड़े एफिलिएट कर रहे हैं वो मेरी अपनी ऑर्गनाइजेशन है दी कॉमन ग्राउंड्स, जिस तरह ना तो जाहिर है कि कॉमन ग्राउंड्स के असं देखने कि दूसरों के लोगों के नाल मुश्तरकात की ने, असं कितने कॉमन मामला जिहड़े ने उस हवाले नाल लोगों को मोटिवेट किस तरह कर सकते हैं। उसके अलावा यूनिवर्सल पीस फैडरेशन, यूनिवर्सल पीस फैडरेशन जी है, ਤੁਸੀਂ ਯਕੀਨਨ ਖੁਸ਼ ਹੋ ਗਏ ਇਸ ਗੱਲ ਨੂੰ ਸੁਣ ਕੇ ਕਿ ਦੁਨੀਆ ਦੀਆਂ 180 ਨੇਸ਼ਨਸ ਦੇ ਨਾਲ ਕੰਮ ਕਰ ਰਹੀ ਹੈ। ਵਾਓ। ਔਰ ਦੁਨੀਆ ਜਹਾਨ ਦੇ ਵਿੱਚ ਜਿੱਥੇ ਵੀ ਕੋਈ ਇਨਸਾਨ ਨੇ ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਦੇ ਮੁਤਾਬਿਕ, ਉਹਨਾਂ ਦੀ ਕਲਚਰਲ ਜ਼ਰੂਰਤ ਮੁਤਾਬਿਕ, ਮੈਂ ਸਮਝਿਆ ਕਿ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿ ਲੋਕਾਂ ਨੂੰ ਜਾਣਿਆ ਜਾਏ ਅਤੇ ਉਹਨਾਂ ਦੀਆਂ ਜ਼ਰੂਰਤਾਂ ਦੇ ਮੁਤਾਬਿਕ ਜਿਹੜਾ ਨੂੰ ਫਿਰ ਕੰਮ ਕੀਤਾ ਜਾਏ, ਕਿਉਂਕਿ ਹਰ ਮੁਲਕ ਦੇ ਅਮਨ ਦੇ ਕਿਆਮ ਵਾਸਤੇ ਉਹਨਾਂ ਦੀਆਂ ਜ਼ਰੂਰਤਾਂ ਮੁਖਤਲਿਫ ਨੇ। ਕਿਤੇ ਤੁਹਾਨੂੰ ਲੋਕਾਂ ਨੂੰ ਐਜੂਕੇਟ ਕਰਨਾ ਪੈਂਦਾ ਕਿ ਤਾਲੀਮ ਨੂੰ ਆਮ ਕਰਨਾ ਪੈਂਦਾ, ਕਿਤੇ ਜ਼ਰੂਰਤ ਹੈ ਕਿ ਤੁਸੀਂ ਹੈਲਥ ਦੇ ਮਾਮਲਾਤ ਨੂੰ ਪ੍ਰਮੋਟ ਕਰਦੇ ਹੋ, ਕਿਤੇ ਜ਼ਰੂਰਤ ਹੈ ਕਿ ਤੁਸੀਂ ਇੰਟਰ ਰਿਲੀਜੀਅਸ ਕੋਆਪਰੇਸ਼ਨ ਮੰਗਦੇ ਹੋ ਕਿ ਲੋਕਾਂ ਦੇ ਦਰਮਿਆਨ, ਅਧਿਆਨ ਦੇ ਦਰਮਿਆਨ, ਮਜ਼ਾਹਬ ਦੇ ਦਰਮਿਆਨ ਜਿਹੜਾ ਇੱਕ ਹਮਾਂਗੀ ਹੋਏ, ਅਤੇ ਸਾਡੇ ਆ ਤਿੰਨੋਂ ਫੋਕਸਿਸ ਨੇ ਔਰ ਅਸੀਂ ਇਹ ਬੜੇ ਸਾਰੇ ਕੰਮ ਕੀਤੇ ਨੇ। ਮੈਂ ਯੂਨੀਵਰਸਲ ਪੀਸ ਫੈਡਰੇਸ਼ਨ ਦਾ ਪਹਿਲਾ ਚੈਪਟਰ ਜਿਹੜਾ ਸੀ ਆਲਮੋਸਟ 17 ਈਅਰਸ ਬੈਕ, ਉਹ ਸਭ ਤੋਂ ਪਹਿਲਾ ਚੈਪਟਰ ਜਿਹੜਾ ਸੀ ਉਹ ਮੈਂ ਫੋਰਮ ਕੀਤਾ ਸੀ ਪਾਕਿਸਤਾਨ ਵਾਸਤੇ, ਦੈਨ ਵੀ ਬਰਾਟ ਇੰਡੀਆ ਕਿ ਤਾਂ ਕਿ ਦੋਵੇਂ ਮੁਲਕ ਜਿਹੜੇ ਨੇ, ਔਰ ਉਹਦੇ ਵਾਸਤੇ ਅਸੀਂ ਇੱਕ ਟਰੈਕ ਵੀ ਪੈਦਾ ਕੀਤਾ ਕਿ ਪੀਪਲ ਟੂ ਪੀਪਲ ਕੋਂਟੈਕਟ ਹੋਈਏ। ਉਹ ਇਹ ਜਿਹੜੀ 23rd ਆਫ ਜੂਨ ਦੀ ਕਾਨਫਰੰਸ ਹੈ, ਇਹਦੇ ਵਿੱਚ ਅਮੈਰੀਕਨ ਲੀਡਰਸ਼ਿਪ ਵੀ ਹੈ, ਡੈਫੀਨੇਟਲੀ ਸਾਡੇ ਕੁਝ ਕਾਂਗਰੈਸ਼ਨਲ ਲੀਡਰਸ਼ਿਪ ਜਿਹੜੀ ਉਹ ਵੀ ਪਾਰਟੀਸਪੇਟ ਕਰਦੀ ਹੈ, ਲੇਕਿਨ ਸਾਡਾ ਜ਼ਿਆਦਾ ਫੋਕਸ ਜਿਹੜਾ ਨਾ ਗਿੱਲ ਸਾਹਿਬ ਉਹ ਹੈ ਕਿ ਅਸੀਂ ਦੇਖੀਏ ਕਿ ਆਮ ਆਦਮੀ ਦੀਆਂ ਜ਼ਰੂਰਤਾਂ ਕੀ ਨੇ, ਗਰਾਸਰੂਟ ਲੈਵਲ 'ਤੇ ਲੋਕਾਂ ਨੂੰ ਬਹੁਤ ਜ਼ਰੂਰਤ ਹੈ ਕਿ ਉਹਨਾਂ ਨੂੰ ਐਜੂਕੇਟ ਕੀਤਾ ਜਾਏ। ਔਰ ਇਸ ਦੌਰਾਨ ਅਸੀਂ ਇੱਕ ਜਿਹੜਾ ਬਹੁਤ ਖੂਬਸੂਰਤ ਕੰਮ ਕਰਨੇ ਹਾਂ ਨਾ, ਜਿਹਦੇ 'ਤੇ ਮੈਨੂੰ ਬੜਾ ਮਾਣ ਵੀ ਹੈ, ਮੈਂ ਸਮਝਦਾ ਔਰ ਤੁਸੀਂ ਵੀ ਯਕੀਨਨ ਜਿਹੜਾ ਉਹਦਾ ਹਿੱਸਾ ਹੋ ਉਸ ਸਾਰੇ ਕੰਮਕਾਜ ਦਾ, ਉਹ ਹੈ ਕਿ ਅਸੀਂ ਅੰਬੈਸਡਰਸ ਫਾਰ ਪੀਸ ਮੁਕਰਰ ਕਰਨੇ ਆ, ਅਪੁਆਇੰਟ ਕਰਨੇ ਆ, ਔਰ ਉਹ ਬੜੇ ਆਪਣੇ ਆਪਣੇ ਇਲਾਕਿਆਂ ਦੇ। ਮੈਂ ਦੇਖਿਆ ਕਿ ਸਾਡੇ ਅੰਬੈਸਡਰਸ ਫਾਰ ਪੀਸ ਦੇ ਵਿੱਚ ਸਰ ਐਡਵਰਡ ਹੀਥ ਦਾ ਨਾਮ ਤੁਸੀਂ ਸੁਣਿਆ, ਹੀ ਡਾਇਡ ਬ੍ਰਿਟਨ, ਬ੍ਰਿਟਿਸ਼ ਪ੍ਰਾਈਮ ਮਿਨਿਸਟਰ, ਮਾਰਗਰੇਟ ਥੈਚਰ, ਮਹਾਤੀਰ ਮੁਹੰਮਦ, ਇਸੇ ਤਰ੍ਹਾਂ ਇੰਡੀਆ ਦੇ ਕਈ ਲੀਡਰਸ ਔਰ ਪਾਕਿਸਤਾਨ ਦੇ ਕਈ ਲੀਡਰਸ ਜਿਹੜੇ ਨੇ ਔਰ ਦੁਨੀਆ ਜਹਾਨ ਤੋਂ ਬਹੁਤ ਆਲਾ ਕੰਮ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਅੰਬੈਸਡਰ ਫਾਰ ਪੀਸ ਮੁਕਰਰ ਕੀਤਾ ਜਾਂਦਾ। ਅਤੇ ਅਸੀਂ ਇਹ ਜਿਹੜਾ 23 ਜੂਨ ਨੂੰ ਕਰ ਰਹੇ ਹਾਂ, ਇਹਦੇ ਵਿੱਚ ਪਾਕਿਸਤਾਨ ਤੋਂ ਇੱਕ ਆਰਟਿਸਟ ਨੇ, ਕਿਉਂਕਿ ਮੈਂ ਸਮਝਦਾ ਕਿ ਆਰਟ ਜਿਹੜਾ ਨਾ, ਆਰਟ ਔਫ ਕਲਚਰ, ਇਹ ਬੜਾ ਜ਼ਰੂਰੀ ਹੈ ਕਿ ਉਹਨਾਂ ਲੋਕਾਂ ਨੂੰ ਲਿਆਂਦਾ ਜਾਏ ਇਸ ਕਹਿ ਲਓ ਕਿ ਇਸ ਸ਼ੋਬੇ ਦੇ ਅੰਦਰ, ਤਾਂ ਕਿ ਉਹ ਆਪਣੀ ਮਜ਼ਬੂਤ ਆਵਾਜ਼ ਨੂੰ, ਉਸਤਾਦ ਸ਼ਫਕਤ ਅਲੀ ਖਾਨ ਨੂੰ ਅਸੀਂ ਅੰਬੈਸਡਰ ਫਾਰ ਪੀਸ ਮੁਕਰਰ ਕਰਾਂਗੇ, ਔਰ ਤੁਹਾਡੇ ਵੀ ਬੜੇ ਪਿਆਰੇ ਦੋਸਤਾਂ 'ਚ ਨੇ, ਤੁਹਾਡੇ ਚੈਨਲ ਦੇ ਨਾਲ ਉਹਨਾਂ ਦਾ ਬੜਾ ਤਾਲੁਕ ਹੈ, ਸਾਰੀਆਂ ਚੀਜ਼ਾਂ ਤੁਹਾਡੇ ਟੀਵੀ ਦੇ ਨਾਲ, ਅਤੇ ਉਹ ਮੈਂ ਸਮਝਦਾ ਕਿ ਇਹਨਾਂ ਲੋਕਾਂ ਦੀ ਆਵਾਜ਼ ਜਾਏਗੀ ਅਤੇ ਦੁਨੀਆ ਵਿੱਚ ਅਮਨ ਹੋਏਗਾ। ਬਿਲਕੁਲ ਸਹੀ ਇਹਨਾਂ ਨੇ ਕਿਹਾ ਕਿ ਅਮਨ ਦਾ ਪੈਗਾਮ ਜਾਂ ਅਮਨ ਦਾ ਲੀਡਰ ਇੱਕ ਕਲਾਕਾਰ, ਕਲਾਕਾਰ ਕਿਸੇ ਦਾ ਨਹੀਂ ਹੈਗਾ, ਕਲਾਕਾਰ ਸਾਰਿਆਂ ਦਾ ਹੈਗਾ, ਔਰ ਜਿਹੜੀ ਇੱਕ ਐਸੀ ਲੈਂਗੁਏਜ ਹੈ ਜਿਹੜੀ ਸੁਰਾਂ ਦੀ ਲੈਂਗੁਏਜ ਹੈ, ਉਹਨੂੰ ਕਹਿੰਦੇ ਨੇ ਬੇਸੁਰਾ ਇਨਸਾਨ ਨਹੀਂ ਸਮਝ ਪਾਉਂਦਾ, ਉਹਦੇ ਲਈ ਸਮਝ ਵੀ ਸੁਰ ਵਾਲੀ ਚਾਹੀਦੀ ਹੈ, ਸੁਰਾਂ ਵੀ ਸਮਝਦਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਸੁਰ ਹੈ, ਹਾਂ, ਲੇਕਿਨ ਬੇਸੁਰਾ ਗਾ ਨਹੀਂ ਪਾਉਂਦਾ ਜੀ। ਇਹੀ ਇੱਕ ਐਸੀ ਲੈਂਗੁਏਜ ਹੈ ਮਿਊਜ਼ਿਕ, ਜਿਹੜਾ ਕਿ ਦੇਸ਼ ਕੰਟਰੀਆਂ ਤੋਂ, ਮੁਸਲਮਾਨ, ਮੈਂ ਸਿੱਖ, ਮੈਂ ਹਿੰਦੂ, ਇਹਨਾਂ ਸਾਰਿਆਂ ਨੂੰ ਪਰੇ ਕਰਕੇ ਇੱਕ ਆਰਟਿਸਟ ਜਿਹੜਾ ਹੁੰਦਾ ਅਤੇ ਉਹ ਇਹ ਐਸਾ ਕੰਮ ਕਰਦਾ ਸਾਰਿਆਂ ਨੂੰ ਮਿਲਾਉਣ ਦਾ, ਜਿਹੜਾ ਕੋਈ ਵੀ ਆਰਟਿਸਟ ਹੈ, ਰੈਦਰ ਇਸ ਇਜ਼ ਅ ਪੇਂਟਰ ਔਰ ਇਜ਼ ਅ ਰਾਈਟਰ ਔਰ ਜਾਂ ਫਿਰ ਉਹ ਸਿੰਗਰ, ਅਤੇ ਇਹਨਾਂ ਦਾ ਕੰਮ ਇਹੀ ਹੈ, ਇਹਨਾਂ ਦਾ ਕੰਮ ਇਹੀ ਹੈ ਕਿ ਜਿੱਥੇ ਆਰਟ ਹੋਵੇ ਉਹਨਾਂ ਸਾਰਿਆਂ ਨੂੰ ਇਕੱਠਾ ਕਰ ਦੇਣਾ, ਭਾਵੇਂ ਉਹ ਹਿੰਦੂ ਨੇ ਜਾਂ ਮੁਸਲਮਾਨ ਨੇ। ਉਸ ਦਿਨ ਉਹਨਾਂ ਨੂੰ ਜਦੋਂ ਉੱਥੇ ਅੰਬੈਸਡਰ ਪੀਸ ਦਾ ਉਹ ਬਣਾਇਆ ਜਾਏਗਾ ਅੰਬੈਸਡਰ, ਅਤੇ ਉਸ ਦਿਨ ਉਹਨਾਂ ਦੇ ਉੱਥੇ ਕੋਈ ਕੌਨਸੈਪਟ ਵਗੈਰਾ ਵੀ ਹੈ ਜਾਂ ਉਹਨਾਂ ਦਾ? ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਜਿਹੜਾ ਹੈ ਇੱਕ ਛੋਟਾ ਜਿਹਾ ਡਿਸਪਲੇ ਉਹਨਾਂ ਦੇ ਕੰਮ ਦੇ ਬਾਰੇ ਦਿੱਤਾ ਜਾਏ, ਓਕੇ, ਲੇਕਿਨ ਚੂੰਕਿ ਇੱਕ ਕਾਨਫਰੰਸ ਦਾ ਦੀ ਸ਼ਕਲ ਹੈ ਤਾਂ ਉਹਦੇ ਵਿੱਚ ਉਹਨਾਂ ਨੂੰ ਫੀਚਰ ਕਰਾਂਗੇ, ਇੱਕ ਅੱਧ ਚੀਜ਼ਾਂ ਉਹਨਾਂ ਦੀਆਂ ਜਿਹੜੀਆਂ ਆਈਟਮ ਜਿਹੜੀਆਂ ਨੇ। ਓਕੇ ਮੋਨੀ ਜੀ, ਤਾਂ ਤੁਸੀਂ ਗੱਲ ਕਰ ਰਹੇ ਸੋ, ਬਹੁਤ ਖੂਬਸੂਰਤ ਗੱਲ ਕੀਤੀ ਹੈ ਕਿ ਅੰਬੈਸਡਰ ਜਿਹੜਾ ਉਹਦੀ ਕੋਈ ਜੂ ਨਹੀਂ ਹੁੰਦੀ, ਕੋਈ ਬਿਯੋਂਡ ਬਾਰਡਰਸ ਹੁੰਦਾ, ਔਰ ਮੌਸੀਕੀ ਦੇ ਬਾਰੇ 'ਚ ਕਿਹਾ ਗਿਆ ਕਿ ਇਹ ਤਾਂ ਫਰਿਸ਼ਤਿਆਂ ਦੀ ਆਵਾਜ਼ ਹੈ, ਅਤੇ ਇਨਸਾਨਾਂ ਦੀ ਆਵਾਜ਼ ਤਾਂ ਬਾਅਦ ਦੇ ਵਿੱਚ ਬਣੀ ਹੈ, ਫਰਿਸ਼ਤਿਆਂ ਦੀ ਆਵਾਜ਼। ਤੁਸੀਂ ਦੇਖੋ ਤਾਂ ਹੀ ਜਿਹੜੀ ਪੂਜਾ ਹੁੰਦੀ ਹੈ ਜਾਂ ਅਸੀਂ ਜਿਵੇਂ ਪਾਠ ਪੂਜਾ ਕਰਦੇ ਹਾਂ ਸਾਡੇ ਗੁਰਦੁਆਰਿਆਂ 'ਚ, ਅਸੀਂ ਕੀਰਤਨ ਕਰਦੇ ਹਾਂ, ਅਤੇ ਪਲੱਸ ਸਾਡੀ ਤਾਂ ਬਾਣੀ ਹੀ ਰਾਗਾਂ ਦੇ ਵਿੱਚ 31 ਰਾਗ ਨੇ ਜਿਹੜੇ ਕਿ ਬੜੇ ਪਿਓਰ ਰਾਗ, ਗੁਰੂ ਗ੍ਰੰਥ ਸਾਹਿਬ 'ਚ ਰਾਗਾਂ ਨੂੰ ਪੂਰੀ
ਮਾਨਤਾ ਦਿੱਤੀ ਗਈ ਹੈ, ਇਸ ਕਰਕੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਚ ਲਿਖਿਆ ਗਿਆ ਜੀ ਜੀ। ਤੇ ਉਹ ਤੁਹਾਡੇ ਚ ਵੀ ਨਾਥਾਂ ਨੇ ਜਿਹੜੀਆਂ ਨਾਥ ਹੀ ਕਹਿੰਦੇ ਨੇ ਹਨਾ, ਤੇ ਉਹ ਮੈਂ ਸੁਣਿਆ ਬੜੇ ਸੁਰੀਲੇ ਤਰੀਕੇ ਨਾਲ ਉਹ ਲੋਕ ਕਰਦੇ ਨੇ ਅੱਲਾਹੁ ਅਕਬਰ ਜਾਂ ਜੋ ਵੀ ਬੋਲਦੇ ਨੇ, ਮੈਨੂੰ ਵਰਡਸ ਤੇ ਨਹੀਂ ਆਉਂਦੇ, ਲੇਕਿਨ ਜੋ ਸੁਣਦੇ ਆ ਤਾਂ ਅਰਕਨਾਂ ਨੂੰ ਪਲੀਜ਼ ਕਰਦੇ ਆ ਯੂ ਨੋ। ਸੋ ਉਹੀ ਹੈ ਜਿਵੇਂ ਮੰਦਿਰਾਂ ਦੇ ਵਿੱਚ ਉਹ ਘੰਟੀ ਵਜਾ ਕੇ ਜਾਂ ਜੋ ਵੀ ਬੋਲਦੇ ਆ ਹਰੇ ਰਾਮਾ ਹਰੇ ਕ੍ਰਿਸ਼ਨਾ, ਸੋ ਇਹ ਗਾ ਕੇ ਰੱਬ ਨੂੰ ਤੁਸੀਂ ਪ੍ਰੇਜ਼ ਕਰਦੇ ਹੋ, ਕਿਉਂਕਿ ਸ਼ਾਇਦ ਉਹ ਆਵਾਜ਼ ਜਲਦੀ ਸੁਣ ਲੈਂਦਾ ਰੱਬ, ਜਾਂ ਫਿਰ ਸਾਰਿਆਂ ਨੂੰ ਸਮਝ ਆਉਂਦੀ ਉਹ ਲੈਂਗੁਏਜ। ਮੇਰੇ ਖਿਆਲ ਨਾਲ ਇਹ ਗੱਲ ਤਾਂ ਬੜੀ ਲੰਬੀ ਹੋ ਜਾਏਗੀ, ਲੇਕਿਨ ਇਹਨੂੰ ਥੋੜ੍ਹਾ ਜਿਹਾ ਕੈਪ ਕੀਤਾ ਜਾ ਸਕਦਾ ਕਿ ਬਾਬਾ ਜੀ ਨੇ ਆਪਣੇ ਨਾਲ ਭਾਈ ਮਰਦਾਨਾ ਹੋਰਾਂ ਨੂੰ ਰੱਖਿਆ ਹੋਇਆ ਸੀ। ਤੁਸੀਂ ਦੇਖਿਆ ਕਿ ਉਹਨਾਂ ਦੇ ਹੱਥ ਦੇ ਵਿੱਚ ਇੱਕ ਮਿਊਜ਼ਿਕ ਦਾ ਇੱਕ ਇੰਸਟਰੂਮੈਂਟ, ਹਾਂ ਰਬਾਬ ਸੀ। ਔਰ ਦੂਸਰਾ ਤੁਸੀਂ ਦੇਖੋ, ਮੈਂ ਸਮਝਦਾ ਕਿ ਇਹ ਜਿਹੜਾ ਇਹਨੂੰ ਤੁਸੀਂ ਸੁਰ ਤਾਂ ਨਹੀਂ ਕਹਿ ਸਕਦੇ, ਕਿਉਂਕਿ ਡਿਵਾਈਨ ਸਿਲਸਿਲਾ ਇੱਕ ਚੀਜ਼ ਹੈ, ਲੇਕਿਨ ਸੁਰ ਦਾ ਨਾਂ ਦੇਣਾ ਜਿਹੜਾ ਦੁਨੀਆਦਾਰੀ ਦੇ ਹਵਾਲੇ ਨਾਲ ਕੋਈ ਭੈੜੀ ਗੱਲ ਵੀ ਨਹੀਂ, ਬਹੁਤ ਅੱਛੀ ਗੱਲ ਹੈ। ਲੇਕਿਨ ਗੱਲ ਹੈ ਕਿ ਇਹਨੂੰ ਜਿਹੜਾ ਮੁਲਾਇਮ ਅੰਦਾਜ਼ 'ਚ ਪੇਸ਼ ਕਰਨਾ, ਖੂਬਸੂਰਤ ਅੰਦਾਜ਼ ਕਰਨਾ। ਕੁਰਾਨ ਮਜੀਦ ਦੇ ਬਾਰੇ 'ਚ ਕਿਹਾ ਗਿਆ ਕਿ ਇਹਨੂੰ ਖੁਸ਼ਲਹਾਨੀ ਦੇ ਨਾਲ ਪੜ੍ਹੋ, ਮਤਲਬ ਅੱਛੇ ਤਰੀਕੇ ਦੇ ਨਾਲ ਪੜ੍ਹੋ। ਅਤੇ ਇਸੇ ਤਰ੍ਹਾਂ ਹੀ ਤੁਸੀਂ ਦੇਖਿਆ ਹੋ ਕਿ ਪੰਜ ਵਕਤੀ ਅਜ਼ਾਨ ਹੁੰਦੀ, ਉਹ ਕੀ ਹੈ ਤੁਸੀਂ ਦੇਖਿਆ, ਬਹੁਤ ਖੂਬਸੂਰਤ। ਇਸੇ ਤਰ੍ਹਾਂ ਅਸ਼ਲੋਕ ਹੁੰਦੇ ਨੇ, ਇਸੇ ਤਰ੍ਹਾਂ ਕੈਰੋਲਸ ਨੇ। ਇੱਕ ਕ੍ਰਿਸਚੈਨਿਟੀ ਹੋਏ, ਜੁਡਾਇਜ਼ਮ ਹੋਏ, ਇਸਲਾਮ ਹੋਏ, ਹਿੰਦੂ ਮਤ ਹੋਏ, ਇਸੇ ਤਰ੍ਹਾਂ ਬਾਬਾ ਜੀ ਦਾ ਧਰਮ ਸਿੱਖ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੇਰੇ ਖਿਆਲ ਨੇ ਸਭ ਦੀਆਂ ਸਾਂਝਾ ਜਿਹੜੀਆਂ ਮਿਊਜ਼ਿਕ ਦੇ ਨਾਲ। ਬਿਲਕੁਲ, ਸਾਂਝਾ ਧਰਮ ਤੋਂ ਯਾਦ ਹੈ, ਦੋ ਤਿੰਨ ਦਿਨ ਪਹਿਲਾਂ ਈਦ ਗਈ ਹੈ, ਮੇਰੇ ਸਾਰੇ ਮੁਸਲਮਾਨ ਭੈਣ ਮੁਬਾਰਕ ਹੋਏ, ਕਿਉਂਕਿ ਅਸੀਂ ਪੀਸ ਤੋਂ ਸ਼ੁਰੂ ਕਰਕੇ ਮਿਊਜ਼ਿਕ 'ਚ ਆ ਕੇ ਹੁਣ ਜਿਵੇਂ ਨਾਥਾਂ ਦੀ ਗੱਲ ਚੱਲ ਰਹੀ ਸੀ, ਤਾਂ ਮੇਰੇ ਦਿਮਾਗ 'ਚ ਆ ਗਿਆ ਕਿ ਈਦ ਹੈ, ਸਾਰਿਆਂ ਨੂੰ ਈਦ ਮੁਬਾਰਕ ਹੋਵੇ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ। ਲੈਟਸ ਟੇਕ ਅ ਸਮਾਲ ਬ੍ਰੇਕ। ਦਿਲ ਕੀ ਧੜਕਨ ਇਸ ਬਾਰ ਜਬ ਹਮ ਹੋਗੇ ਯੂਐਸ ਐਂਡ ਕੈਨੇਡਾ ਮੈਂ, ਇਸਕਾ ਮਤਲਬ ਇਹ ਹੁਆ ਕਿ ਸਵੈਗ ਸੇ ਸਵਾਗਤ ਕਰਨਾ ਪੜੇਗਾ ਹੀ ਆਪਕੋ ਹਮਾਰਾ। ਸਵਾਗਤ ਸਵੈਗ ਸੇ ਕਰੇਂਗੇ ਸਬਕਾ ਸਵਾਗਤ। Listening and just watching chill. Just chill with Mr. and Mrs. Gill. ਜੀ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ, ਮੈਂ ਮੁੱਦੇ 'ਤੇ ਆਵਾਂਗੀ, ਆਪਾਂ 23rd ਆਫ ਜੂਨ ਦੀ ਗੱਲ ਕਰ ਰਹੇ ਸੀਗੇ, ਅਤੇ ਤੁਸੀਂ ਉੱਥੇ ਗੱਲ ਕਰ ਰਹੇ ਸੀਗੇ ਕਿ ਉੱਥੇ ਇੱਕ ਜਿਹੜੇ ਆਪਣੇ ਸਿੰਗਰ ਆ ਰਹੇ ਨੇ ਪਾਕਿਸਤਾਨ ਤੋਂ, ਜਾਂ ਉਹਨਾਂ ਨੂੰ ਵੀ ਅਵਾਰਡ ਦਿੱਤਾ ਜਾਣਾ ਹੈਗਾ, ਥੋੜ੍ਹੀ ਜਿਹੀ ਮੈਨੂੰ ਥੋੜ੍ਹੀ ਜਿਹੀ ਕਲੈਰਿਟੀ ਦੇਵੋ ਉਸ ਚੀਜ਼ ਵਾਸਤੇ। ਜੀ, ਬੁਨਿਆਦੀ ਤੌਰ 'ਤੇ ਅਸੀਂ ਇਹ ਦੇਖ ਲਏ ਕਿ ਉਹ ਲੋਕ ਜਿਹੜੇ ਬੜੀ ਡਾਇਵਰਸਿਟੀ ਵਾਸਤੇ ਕੰਮ ਕਰ ਰਹੇ ਹੁੰਦੇ ਨੇ, ਦੁਨੀਆ ਦੇ ਕਿਸੇ ਵੀ ਸ਼ੋਬੇ ਦੇ ਮੁਤਾਲਿਕ ਹੋਣ, ਉਹਨਾਂ ਨੂੰ ਅਸੀਂ ਸਮਝਦੇ ਹਾਂ ਕਿ ਇਹ ਉਹ ਲੋਕ ਨੇ ਜਿਹੜੇ ਅਮਨ ਦੇ ਜ਼ਿੰਮੇਦਾਰ ਲੋਕ ਨੇ, ਇਹਨਾਂ ਦੀ ਆਵਾਜ਼ ਕਿਤੇ ਪਹੁੰਚਣੀ ਚਾਹੀਦੀ ਹੈ, ਅਤੇ ਲਿਹਾਜ਼ਾ ਉਹਦੇ ਵਿੱਚ ਅਸੀਂ ਮੁਖਤਲਿਫ ਸ਼ੋਬਿਆਂ ਤੋਂ ਮੁਕਰਰ ਕਰਨੇ ਹਾਂ। ਉਸਤਾਦ ਸ਼ਫਕਤ ਅਲੀ ਖਾਨ ਦਾ ਇੰਤਖਾਬ ਇਸੇ ਹਵਾਲੇ ਨਾਲ ਹੀ ਕੀਤਾ ਗਿਆ, ਔਰ ਇਸ ਤੋਂ ਪਹਿਲੇ ਅਸੀਂ ਬਹੁਤ ਸਾਰੇ ਆਰਟਿਸਟ ਜਿਹੜੇ ਨੇ ਉਹਨਾਂ ਨੂੰ ਆਨਰ ਕਰ ਚੁੱਕੇ ਹੋਏ ਹਾਂ ਬੁਨਿਆਦ ਇਸੇ ਸ਼ੋਬੇ ਦੇ ਅੰਦਰ। ਲੇਕਿਨ ਇਹਨਾਂ ਦਾ ਇੰਤਖਾਬ ਇਸ ਵਾਸਤੇ ਕਿ ਕਲਾਸੀਕਲ ਘਰਾਨਾ ਜਿਹੜਾ ਸ਼ਾਮ 84 ਦਾ, ਇਹਨਾਂ ਦੀ ਬੜੀ ਅਹਿਮੀਅਤ ਰਹੀ, 600 ਸਾਲ ਤੋਂ ਇਹ ਲੋਕ ਜਿਹੜੇ ਆਪਣੇ ਸੁਰ ਦੇ ਜ਼ਰੀਏ ਅਮਨ ਦੀ ਗੱਲ ਕਰਦੇ ਨੇ, ਆਪਣਾ ਪੈਗਾਮ ਦਿੰਦੇ ਨੇ, ਅਤੇ ਮੇਰਾ ਖਿਆਲ ਹੈ ਕਿ ਇਹਨਾਂ ਵਾਸਤੇ ਇਹ ਅਵਾਰਡ ਜਿਹੜਾ ਹੈ, ਇਹ ਅਵਾਰਡ ਵਾਸਤੇ ਵੀ ਇਜ਼ਾਜ਼ ਹੈ, ਮੈਂ ਸਮਝਦਾ ਸ਼ਫਕਤ ਅਲੀ ਖਾਨ ਵਾਸਤੇ। ਉਹਦੇ ਇਲਾਵਾ ਹੋਰ ਉਹਦੇ ਵਿੱਚ ਤਕਰੀਬਨ 6 ਅਫਰਾਦ ਨੂੰ ਅਸੀਂ ਆਨਰ ਕਰ ਰਹੇ ਹਾਂ ਉਹਦੇ ਵਿੱਚ, ਇਸ ਕਾਨਫਰੰਸ ਦੇ ਵਿੱਚ ਜਿਹੜਾ ਐਮਬੈਸਡਰ ਫਾਰ ਪੀਸ ਦੇ ਮੁਤਾਬਿਕ, ਅਤੇ ਇਹ ਇੱਕ ਜ਼ਿੰਮੇਵਾਰੀ ਹੈ, ਅਵਾਰਡ ਤੋਂ ਜ਼ਿਆਦਾ ਇੱਕ ਜ਼ਿੰਮੇਵਾਰੀ ਹੈ ਮੈਂ ਸਮਝਦਾ, ਕਿ ਉਹ ਲੋਕ ਦੇਖਣ ਕਿ ਉਹਦੇ ਬਾਅਦ ਉਹ ਕਿਸ ਤਰ੍ਹਾਂ ਆਪਣਾ ਰੋਲ ਅਦਾ ਕਰ ਸਕਦੇ ਨੇ, ਜਿਸ ਤਰ੍ਹਾਂ
ਮੈਂ ਸਮਝਦਾ ਕਿ ਅਮਰੀਕਾ ਦੇ ਵਿੱਚ ਇੱਕ ਦੇਖਿਆ ਜਾਂਦਾ ਕਿ ਹਰ ਚਰਚ, ਹਰ ਮਸਜਿਦ, ਹਰ ਮੰਦਰ, ਹਰ ਗੁਰਦੁਆਰਾ ਆਪਣੇ ਤੌਰ 'ਤੇ ਸੋਚਦਾ ਕਿ ਇਸ ਮੁਲਕ ਨੂੰ ਅਸੀਂ ਅਮਨ ਦੇ ਪਰਸਪੈਕਟਿਵ 'ਚ ਕੀ ਦੇ ਸਕਦੇ ਹਾਂ। ਇਸੇ ਤਰ੍ਹਾਂ ਮੈਂ ਸਮਝਦਾ ਇੱਕ ਆਰਟਿਸਟ ਕੋਲੋਂ ਵੀ ਸਵਾਲ ਕੀਤਾ ਜਾ ਸਕਦਾ ਕਿ ਤੁਸੀਂ ਕੀ ਦੇ ਸਕਦੇ ਹੋ। ਔਰ ਆਰਟਿਸਟ ਤੁਸੀਂ ਦੇਖਿਆ ਹੀ ਹੈ ਕਿ ਸ਼ਾਇਰੀ ਦੇ ਜ਼ਰੀਏ, ਮਤਲਬ ਜਿਹੜਾ ਜਿਹੜੇ ਉਹ ਸ਼ੇਅਰ ਕੰਪੋਜ਼ ਕੀਤੇ ਹੁੰਦੇ ਨੇ ਉਹਦੇ ਜ਼ਰੀਏ, ਔਰ ਇੰਸਟਰੂਮੈਂਟਸ ਦੇ ਜ਼ਰੀਏ ਜੀ, ਜਿੰਨਾ ਰਿਦਮ ਹੈ, ਮੈਂ ਸਮਝਦਾ ਕਿ ਇਹ ਰੱਬ ਦਾ ਪੈਦਾ ਕੀਤਾ ਹੋਇਆ। ਇਹ ਬਰਸਾਤ ਦੀਆਂ ਬੂੰਦਾਂ ਜਿਹੜੀਆਂ ਆਉਂਦੀਆਂ ਨੇ, ਇਹ ਕੀ ਨੇ, ਇਹ ਵੀ ਇੱਕ ਰਿਦਮ ਹੈ। ਤੁਸੀਂ ਗੱਲ ਕੀਤੀ, ਦਰਅਸਲ ਮੇਰਾ ਡਿਸਿਪਲਿਨ ਤੇ ਤੁਹਾਡੇ ਇਲਮ ਚ ਇੱਕ ਇੰਟਰਨੈਸ਼ਨਲ ਰਿਲੇਸ਼ਨਸ ਹੈ, ਔਰ ਮੈਂ ਸਮਝਦਾ ਕਿ ਹਰ ਇਨਸਾਨ ਜਿਹੜਾ ਬੁਨਿਆਦੀ ਤੌਰ 'ਤੇ ਇਹਨਾਂ ਚੀਜ਼ਾਂ ਨੂੰ ਬੁਨਿਆਦੀ ਤੌਰ 'ਤੇ ਵਾਕਿਫ ਹੈ। ਲੇਕਿਨ ਮੇਰੀ ਦਿਲਚਸਪੀ ਹੈ, ਸ਼ਾਇਰੀ ਵੀ ਮੈਂ ਕੀਤੀ ਹੈ। ਅੱਛਾ, ਸ਼ਾਇਰੀ ਵੀ ਕੀਤੀ, ਲੇਕਿਨ ਸ਼ਾਇਰੀ ਦੀ ਇੱਕ ਲਿਮਿਟ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ। ਤੁਸੀਂ ਜਿਵੇਂ ਵਜਨ ਐਨ ਪੂਰਾ ਤੋਲ ਤੋਲ ਕੇ ਬੋਲ ਰਹੇ ਸੀ, ਮੈਨੂੰ ਲੱਗਿਆ ਕਿਤੇ ਕਿਤੇ ਨਾ ਕਿਤੇ ਗੱਲ ਹੈ ਗਿੱਲ ਜੀ, ਕਿ ਮੈਂ ਸਮਝਦਾ ਹਰ ਚੀਜ਼ ਜਿਹੜੀ ਰਿਦਮ 'ਚ ਹੀ ਹੈ। ਬਿਲਕੁਲ ਸਹੀ, ਸ਼ਾਇਰੀ ਹਰ ਚੀਜ਼ ਚੱਲ ਰਹੀ ਅਤੇ ਬੰਦਾ ਤੁਸੀਂ ਦੇਖੋ। ਹਾਂਜੀ, ਔਰ ਤੁਸੀਂ ਸੁਬਹ ਦੇ ਵਕਤ ਹਵਾ ਨੂੰ ਅਗਰ ਉਹਨੂੰ ਅਗਰ ਮਹਿਸੂਸ ਕਰੋ, ਔਰ ਉਹਦੇ ਬਾਅਦ ਇੱਕ ਤਵੱਜੋ ਆਪਣੀ ਜਿਹੜੀ ਹੈ ਨਾ ਉਹਦੇ ਵੱਲ ਪਾ ਦਿਓ, ਅਤੇ ਤੁਸੀਂ ਦੇਖੋਗੇ ਕਿ ਹਵਾ ਦੇ ਅੰਦਰ ਵੀ ਲਹਿਰਾਂ ਜਿਹੜੀਆਂ ਨੇ ਨਾ ਉਹ ਵੀ ਕਿਸੇ ਰਿਦਮ ਦੇ ਨਾਲ ਚੱਲ ਰਹੀਆਂ ਨੇ। ਨਿਜ਼ਾਮ ਪੂਰਾ ਜਿਹੜਾ ਇੱਕ ਸਿਸਟਮ ਜਿਹੜਾ ਹੈ, ਰਿਦਮ ਹੈ ਬੇਸਿਕਲੀ। ਜ਼ਿੰਦਗੀ ਕਿਆ ਹੈ, ਅਨਾਸਰ ਕਾ ਜ਼ਹੂਰ ਤਰਤੀਬ, ਮੌਤ ਕਿਆ ਹੈ, ਇਨਹੀ ਅਜਜ਼ਾ ਕਾ ਪਰੇਸ਼ਾਨ ਹੋਣਾ। ਜਦੋਂ ਅਸੀਂ ਕਿਸੇ ਚੀਜ਼ ਨੂੰ ਕੰਪੋਜ਼ ਕਰਦੇ ਹਾਂ ਨਾ, ਕਿਸੇ ਚੀਜ਼ ਨੂੰ ਸ਼ਾਇਰੀ ਹੋਏ, ਸ਼ੇਅਰ ਹੋਏ, ਦੇਖੋ ਮਿਊਜ਼ਿਕ ਜਿਹੜਾ ਹੈ ਕੰਪੋਜ਼ੀਸ਼ਨ ਦਾ ਨਾਂ ਹੈ ਨਾ, ਇੱਕ ਕੰਪੋਜ਼ਰ ਹੁੰਦਾ ਉਹ ਬਾਕਾਇਦਾ ਚੀਜ਼ ਨੂੰ ਕੰਪੋਜ਼ ਕਰਦਾ। ਬਿਲਕੁਲ ਸਹੀ, ਮੋਨੀ ਜੀ ਨਾਲੋਂ ਜ਼ਿਆਦਾ ਮੈਂ ਰਾਤ ਮੈਂ ਬੜਾ ਮੂਵ ਹੋ ਰਿਹਾ ਸੀ ਇੱਕ ਚੀਜ਼ ਤੋਂ, ਕਿ ਜਿਸ ਵੇਲੇ ਉਹ ਸ਼ਾਮ 84 ਖਾਨਦਾਨ ਦੇ ਜੀ, ਰਾਤ ਦਾ ਇਵੈਂਟ ਜਿਹੜਾ ਸੀ ਉਹ, ਅਗਰਚੇ ਉਹਨਾਂ ਦਾ ਇੱਕ ਘਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ਹੋਇਆ ਸੀ, ਲੇਕਿਨ ਆਈ ਥਿੰਕ ਇਟ ਵੈਂਟ ਫੈਂਟਾਸਟਿਕਲੀ ਮੀਨਿੰਗਫੁਲ, ਕਿਉਂਕਿ ਉਸਤਾਦ ਸ਼ਫਕਤ ਅਲੀ ਖਾਨ ਅਤੇ ਤਾਰੀਖ ਖਾਨ, ਉਸਤਾਦ ਤਾਰੀਖ ਖਾਨ, ਇਹ ਦੋਵੇਂ ਇੱਕ ਬੜਾ ਵੱਡਾ ਨਾਂ ਨੇ। ਔਰ ਤਾਰੀਖ ਜਿਹੜੇ ਨੇ ਉਹਨਾਂ ਨੇ ਪਰਫਾਰਮ ਕੀਤਾ ਹੋਇਆ ਉਸਤਾਦ ਸਲਾਮਤ ਅਲੀ ਖਾਨ ਦੇ ਨਾਲ ਵੀ, ਉਹਦਾ ਉਹਨਾਂ ਨੇ ਯਾਦਾਂ ਵੀ ਤਾਜ਼ਾ ਕੀਤੀਆਂ ਉੱਥੇ, ਕੁਝ ਮੈਨੂੰ ਵੀ ਕਹਿਣ ਦਾ ਮੌਕਾ ਮਿਲਿਆ ਉਹਨਾਂ ਦੀ ਸਤਾਇਸ਼ ਵੀ ਸਾਰੀ ਚੀਜ਼ਾਂ ਦੇ ਵਿੱਚ। ਅਸਲ ਚੀਜ਼ ਹੈ ਕਿ ਮੈਂ ਜਿਹੜਾ ਦੇਖ ਰਿਹਾ ਸੀ ਕਿ ਜਿਸ ਅੰਦਾਜ਼ ਦੇ ਵਿੱਚ ਉਹ ਮਿਊਜ਼ਿਕ ਨੂੰ ਸਮਝ ਕੇ, ਕਿਉਂਕਿ ਇਨਸਾਨ ਦੇ ਤਾਸੁਰ ਤੋਂ ਰਿਸਪੋਂਸ ਵੀ ਤਾਂ ਹੁੰਦਾ ਨਾ, ਇੱਕ ਬੰਦਾ ਚੀਜ਼ ਵਜਾ ਰਿਹਾ ਹੋਏ, ਅੱਗੇ ਸੁਣਨ ਵਾਲਾ ਕੋਈ ਨਾ ਹੋਏ, ਤਾਂ ਫਿਰ ਇਹ ਤਾਂ ਕੋਈ ਗੱਲ ਨਹੀਂ ਬਣਦੀ। ਕੁਦਰਤ ਨੇ ਦੋਵੇਂ 'ਚ ਅੱਛੇ ਆਡੀਅੰਸ ਔਰ ਅੱਛਾ ਗਾਉਣ ਵਾਲਾ, ਚੰਗਾ ਗਾਓਗੇ ਜੇ ਵਾਵਾ ਨਾ ਹੋਈ ਤਾਂ ਫਿਰ ਅੱਛੀ ਸ਼ਾਇਰੀ ਕੰਪੋਜ਼ ਕੀਤੀ ਜਾਂਦੀ ਹੈ ਤਾਂ ਕਿ ਲੋਕਾਂ ਤੱਕ ਉਹਦਾ ਅਦਰਾਕ ਹੋਏ, ਲੋਕ ਐਜੂਕੇਟ ਹੋਣ, ਅੱਛਾ ਮਿਊਜ਼ਿਕ ਦਿੱਤਾ ਜਾਂਦਾ ਹੈ ਲੋਕ ਸੁਣਨ ਅਤੇ ਰਿਲੈਕਸੇਸ਼ਨ ਇੱਕ ਜਿਹੜੀ ਹੈ ਇਨਸਾਨ ਜਿਹੜਾ, ਇਹ ਵੀ ਜਿਹੜੀ ਥੈਰੇਪੀ ਹੈ, ਕੁਦਰਤ ਨੇ ਇੱਕ ਨਿਜ਼ਾਮ ਬਣਾਇਆ ਹੋਇਆ ਹੈ ਕਿ ਮੇਰਾ ਖਿਆਲ ਹੈ ਕਿ ਮਿਊਜ਼ੀਸ਼ੀਅਨ ਨਾਲੋਂ ਵੱਡਾ ਥੈਰੇਪਿਸਟ ਕੋਈ ਨਹੀਂ ਹੁੰਦਾ ਜੀ, ਦੇਖਿਆ ਸਪਿਰਚੁਅਲ ਥੈਰੇਪਿਸਟ ਹੁੰਦਾ, ਨਾਲ ਨਾਲ ਲੈ ਕੇ ਚੱਲਦਾ, ਉਂਗਲੀ ਲਾ ਲੈਂਦਾ ਲੋਕਾਂ ਨੂੰ ਔਰ ਉਹਨੂੰ ਪੂਰੀ ਦੁਨੀਆ ਦੀ ਸੈਰ ਕਰਾ ਦਿੰਦਾ ਆਪਣੇ ਇੱਕ ਗੀਤ ਦੇ ਤਸੁਰ ਦੇ ਨਾਲ, ਆਪਣੀ ਇੱਕ ਨਜ਼ਮ ਦੇ ਨਾਲ ਸ਼ਾਇਰ ਕਰ ਦਿੰਦਾ, ਔਰ ਇੱਕ ਅਮਨ ਪਸੰਦ ਆਦਮੀ ਜਿਹੜਾ ਉਹ ਆਪਣੀ ਮੁਹੱਬਤ ਦੇ ਨਾਲ ਉਹਨਾਂ ਨੂੰ ਜਿਹੜਾ ਮੂਵ ਕਰਦਾ, ਇਹ ਬਹੁਤ ਵੱਡੀ ਗੱਲ ਹੈ। ਔਰ ਤੁਹਾਡਾ ਕੰਮ ਜਿਹੜਾ, ਮੈਂ ਸਮਝਦਾ ਕਿ ਮੈਂ ਡੈਫੀਨੇਟਲੀ ਚਾਹਾਂਗਾ ਕਿ ਮਾਈ ਟੀ ਵੀ ਦਾ ਰੋਲ ਜਿਹੜਾ ਤੁਸੀਂ ਇਹ ਲਫ਼ਜ਼ ਮਾਈ ਜਿਹੜਾ ਇਖਤਿਆਰ ਕੀਤਾ ਨਾ, ਇਟ ਇਜ਼ ਗਿਵਿੰਗ ਸਮਵੇਅਰ ਸੈਂਸ ਆਫ ਓਨਰਸ਼ਿਪ ਟੂ ਐਵਰੀਵਨ ਜੀ। ਇਹ ਤੁਸੀਂ ਹਰ ਇੱਕ ਦਾ ਟੀ ਵੀ ਬਣਾ ਦਿੱਤਾ, ਮੈਂ ਸਮਝਦਾ, ਮੈਂ ਸਮਝਾਂਗਾ ਕਿ ਪਾਕਿਸਤਾਨੀ ਹੋਣ, ਇੰਡੀਅਨ, ਬਾਂਗਲਾਦੇਸ਼ੀ, ਮਾਲਦੀਵ ਤੋਂ ਹੋਣ, ਕੋਈ ਫਰੈਂਚ ਬੋਲਣ ਵਾਲਾ ਹੋਏ, ਤੁਸੀਂ ਉਹਨਾਂ ਸਾਰਿਆਂ ਦੇ ਸਾਹਮਣੇ ਇੱਕ ਮੰਜ਼ਰਨਾਮਾ ਰੱਖ ਦਿੱਤਾ ਔਰ ਉਹਨਾਂ ਨੂੰ ਕਿਹਾ ਕਿ ਇਟਸ ਮਾਈ ਟੀ ਵੀ, ਇਟਸ ਬਿਊਟੀਫੁਲ, ਆਈ ਰੀਅਲੀ ਲਵ ਇਟ। ਮੈਨੂੰ ਤੁਹਾਡੀ ਗੱਲ ਤੋਂ ਯਾਦ ਆ ਗਿਆ, ਪਿਛਲੇ ਸਾਡੀ ਓਪਨਿੰਗ 'ਤੇ ਨੂਰ ਨਗਮੀ ਸਾਹਿਬ ਆਏ ਸੀਗੇ, ਗ੍ਰੇਟ ਪਰਸਨੈਲਿਟੀ ਜੀ ਜੀ ਜੀ, ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਹੀ ਐਸਾ ਰੱਖਿਆ ਮਾਈ ਟੀ ਵੀ ਕਿ ਮੈਨੂੰ ਵੀ ਲੱਗਣ ਲੱਗ ਪਿਆ ਕਿ ਮੇਰਾ ਟੀ ਵੀ ਹੈ, ਦੈਟਸ ਵਾਟ ਹੀ ਸੈਡ। ਸੋ ਤੁਹਾਡੀ ਇਹ ਗੱਲ ਕਰਕੇ ਹੁਣ ਮੈਨੂੰ ਉਹਨਾਂ ਦੀ ਗੱਲ ਯਾਦ ਆ ਗਈ ਕਿ ਉਹ ਵੀ ਇਹੀ ਕਹਿ ਕੇ ਗਏ ਸੀ ਕਿ ਹਾਂ ਬੰਦਾ ਦੋਨਾਂ ਨੂੰ ਮੁੱਦੇ ਤੇ ਲੈ ਕੇ ਜਾਵਾਂ, ਅਸੀਂ ਕੱਲ ਰਾਤੀ ਕੀ ਕੀਤਾ ਸੀ, ਹੁਣ ਆਪਾਂ ਕੱਲ ਰਾਤ ਦੀ ਗੱਲ ਕਰਨੀ ਹੈ ਜਿਹੜਾ ਹੋ ਰਿਹਾ ਉਹਦੀ ਗੱਲ ਨਹੀਂ, ਕਿਉਂਕਿ ਇਹ ਅਸੀਂ ਗੱਲ ਉੱਥੇ ਰਹਿ ਗਈ ਕਿ ਰਾਤ ਨੂੰ ਜਿਹੜਾ ਸੀ ਮਿਊਜ਼ਿਕ ਦੋ ਲੈਜੈਂਡਸ ਨੂੰ ਟੁਗੈਦਰ ਸੁਣ ਰਹੇ ਸੀ ਲਾਈਵ, ਉਹ ਸਮਾਂ ਕੁਛ ਅਲੱਗ ਸੀ। ਮੈਂ ਸੋਚ ਮੈਨੂੰ ਤਾਂ ਲੱਗਿਆ ਕਿ ਮੈਂ
ਇਸ ਤਰ੍ਹਾਂ ਦੇ ਕੌਨਸੈਪਟ ਬਚਪਨ 'ਚ ਸੁਣੀ ਸੀ ਉਸਤਾਦ ਤਾਰਿਕ ਖਾਨ ਦੀ ਅਤੇ ਗੁਲਾਮ ਅਲੀ ਖਾਨ ਸਾਹਿਬ ਦੀ ਟੁਗੈਦਰ ਆਫਟਰ ਜਦੋਂ ਉਹ ਮੇਰੇ ਬ੍ਰਦਰ ਦੀ ਵੈਡਿੰਗ 'ਤੇ ਉਹਨਾਂ ਨੇ ਇਕੱਠਾ ਵਜਾਇਆ ਸੀ ਉਹ ਸਮਾਂ ਮੈਨੂੰ ਵਾਪਸ ਦੁਬਾਰਾ ਰਿਵਾਈਜ਼ ਹੋ ਗਿਆ ਔਰ ਸਲਾਮਤ ਅਲੀ ਜੀ ਨੂੰ ਮੈਂ ਸੁਣਿਆ ਬਚਪਨ 'ਚ ਲੇਕਿਨ ਉਹਨਾਂ ਦੇ ਬੇਟੇ ਨੂੰ ਮੈਂ ਕਦੇ ਸੁਣਿਆ ਨਹੀਂ ਸੀ ਲਾਈਵ ਨਹੀਂ ਸੁਣਿਆ ਸੀ ਅਤੇ ਉਹ ਮੈਨੂੰ ਮੌਕਾ ਮਿਲਿਆ ਮੈਂ ਥੈਂਕ ਯੂ ਕਰਨਾ ਚਾਹਾਂਗੀ ਮੁੰਨਾ ਦਾ ਮੁੰਨਾ ਜਿਹੜੇ ਹਰੁਣ ਨੇ ਜੀ ਬਹੁਤ ਅੱਛਾ ਕੰਮ ਕਰ ਰਹੇ ਨੇ ਸਪੈਸ਼ਲੀ ਉਹਨਾਂ ਦੀ ਮੋਮ ਦਾ ਕਿਉਂਕਿ ਉਹਨਾਂ ਦੀ ਮੋਮ ਨੇ ਹੀ ਉਹਨਾਂ ਨੂੰ ਇੰਨਾ ਪੁਸ਼ ਕੀਤਾ ਕਿਉਂਕਿ ਸਾਡੇ ਵੀ ਬੱਚੇ ਨੇ ਔਰ ਸਾਡੇ ਵੀ ਰਗਾਂ ਦੇ ਵਿੱਚ ਮਿਊਜ਼ੀਕਲੀ ਬਲੱਡ ਕਹਿ ਲਓ ਚੱਲ ਰਿਹਾ ਲੇਕਿਨ ਅਸੀਂ ਇੰਨਾ ਐਫਰਟ ਨਹੀਂ ਕਰ ਪਾਏ ਜਿੰਨਾ ਉਹਨਾਂ ਨੇ ਕੀਤਾ ਉਹਨਾਂ ਦੀ ਮੋਮ ਨੇ ਅਤੇ ਹੈਜ਼ਲ ਨੂੰ ਮੈਂ ਕਹਾਂਗੀ ਬਹੁਤ ਬਹੁਤ ਮੁਬਾਰਕਾਂ ਕਿ ਯੂ ਹੈਵ ਅ ਸੱਚ ਵੰਡਰਫੁਲ ਚਾਇਲਡ ਔਰ ਉਹ ਵਾਕਈ ਛੋਟਾ ਭਰਾ ਹੀ ਹੈ ਸਾਡਾ ਤੇ ਮੈਂ ਤਾਂ ਲੱਗਦਾ ਹੀ ਹੈ ਕਿ ਮੇਰਾ ਹੀ ਸੱਕਾ ਭਰਾ ਹੈ ਉਹਨੇ ਆਪਣਾ ਨਾ ਹੀ ਮੁੰਨਾ ਰੱਖ ਲਿਆ ਹੋਇਆ ਕਿ ਕੋਈ ਉਹਨੂੰ ਵੱਡਾ ਸਮਝੇ ਨਾ ਲੇਕਿਨ ਮੈਂ ਸਮਝਦਾ ਕਿ ਆਉਣ ਵਾਲਾ ਵਕਤ ਸਾਬਤ ਕਰੇਗਾ ਕਿ ਮੁੰਨਾ ਕਿੱਡਾ ਵੱਡਾ ਸੀ ਜੀ ਹਾਰੂਨ ਮੁੰਨਾ ਵਾਕਈ ਜਿਹੜਾ ਮੈਂ ਇੱਕ ਚੀਜ਼ ਜਿਹੜੀ ਤੁਸੀਂ ਕਹਿ ਰਹੇ ਸੋ ਆਪਣੇ ਆਰਟਿਸਟ ਔਰ ਉਹਦੇ ਰੋਲ ਦੇ ਬਾਰੇ 'ਚ ਜੀ ਮੈਨੂੰ ਯਾਦ ਹੈ ਕਿ ਜਿਸ ਆਰਗਨਾਈਜੇਸ਼ਨ ਦਾ ਮੈਂ ਪਹਿਲੇ ਜ਼ਿਕਰ ਕੀਤਾ ਯੂਨੀਵਰਸਲ ਪੀਸ ਫੈਡਰੇਸ਼ਨ ਮਿਲੇਨੀਅਮ ਸਮਿਟ ਸੀ ਯੂਨਾਈਟਿਡ ਨੇਸ਼ਨ ਸੀ ਅਸੀਂ ਉਹਦੇ ਵਿੱਚ ਪਾਰਟਿਸਪੇਟ ਕਰ ਰਹੇ ਸਾਂ ਔਰ ਉਹਦੇ ਵਿੱਚ ਅਸੀਂ ਦੇਖ ਰਹੇ ਸਾਂ ਕਿ ਸਭ ਤੋਂ ਜ਼ਿਆਦਾ ਪ੍ਰੋਡਕਟਿਵ ਮੈਸੇਜ ਕੀ ਦਿੱਤਾ ਜਾ ਸਕਦਾ ਹੈ ਜਿਹੜਾ ਲੋਕਾਂ ਵਾਸਤੇ ਜ਼ਿਆਦਾ ਖੁਸ਼ਕੁਨ ਵੀ ਹੋਏ ਲੋਕ ਐਕਸੈਪਟ ਵੀ ਕਰਨ ਅਤੇ ਲੋਕ ਮੂਵ ਵੀ ਹੋਣ ਕਿਉਂਕਿ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਅਮਨ ਜਿਹੜਾ ਸਭ ਤੋਂ ਵੱਡਾ ਜਿਹੜਾ ਸੀ ਅਗਰ ਚੋਰ 9/11 ਨਹੀਂ ਸੀ ਹੋਇਆ ਹੋਇਆ ਉਸ ਤੋਂ ਪਹਿਲੇ ਦੀ ਗੱਲ ਹੈ ਲੇਕਿਨ ਦੁਨੀਆ ਦੇ ਹਾਲਾਤ ਬਦਲ ਰਹੇ ਸਨ ਤਾਂ ਉਸ ਵਕਤ ਇੱਕ ਸੈਸ਼ਨ ਜਿਹੜਾ ਅਸੀਂ ਉੱਥੇ ਆਰਗਨਾਈਜ਼ ਕੀਤਾ ਵਿਦ ਇਨ ਯੂਨਾਈਟਿਡ ਨੇਸ਼ਨਸ ਜਿਹਦੇ ਵਿੱਚ ਮੈਂ ਪਾਕਿਸਤਾਨ ਤੋਂ ਇੱਕ ਆਰਟਿਸਟ ਲੈ ਕੇ ਆਇਆ ਜਿਹਦਾ ਨਾਂ ਸੀ ਉਸਤਾਦ ਫਤਿਹ ਅਲੀ ਖਾਨ ਹੈਦਰਾਬਾਦੀ ਇਹ ਗਵਾਲੀਅਰ ਘਰਾਣੇ ਦੇ ਇੰਤਹਾਈ ਅਜ਼ੀਮ ਸ਼ਾਨ ਆਰਟਿਸਟ ਮੈਂ ਉਹਨਾਂ ਨੂੰ ਪਾਕਿਸਤਾਨ ਤੋਂ ਗਵਾਲੀਅਰ ਘਰਾਣੇ ਦੇ ਔਰ ਇਹ ਉਹ ਨੇ ਜਿਹਨਾਂ ਨੂੰ ਵੱਡੇ ਆਰਟਿਸਟ ਜਿਹੜੇ ਨੇ ਆਪਣਾ ਗੁਰੂ ਸਮਝੇ ਬਹੁਤ ਖੂਬਸੂਰਤ ਆਰਟਿਸਟ ਉਹਨਾਂ ਨੂੰ ਮੈਂ ਆਪ ਹੀ ਲੈਣ ਵਾਸਤੇ ਗਿਆ ਔਰ ਉਹਨੂੰ ਲੈ ਕੇ ਆਇਆ ਉਹਨਾਂ ਨੇ ਜਿਹੜਾ ਪਰਫੋਰਮ ਕੀਤਾ ਹੈੱਡ ਆਫ ਦੀ ਸਟੇਟਸ ਦੇ ਸਾਹਮਣੇ ਤਕਰੀਬਨ 3 ਮਿੰਟ ਦੀ ਪਰਫੋਰਮੈਂਸ ਸੀ ਅਤੇ ਮੋਨੀ ਜੀ ਔਰ ਗਿੱਲ ਜੀ ਤੁਸੀਂ ਹੈਰਾਨ ਹੋਵੋਗੇ ਕਿ ਲੋਕ 5 ਮਿੰਟ ਖੜ੍ਹੇ ਦੁਨੀਆ ਦੀ ਲੀਡਰਸ਼ਿਪ ਜਿਹੜੀ ਉਹਨਾਂ ਵਾਸਤੇ ਕਲੈਪ ਕਰ ਰਹੀ ਸੀ ਰਾਗ ਦਰਬਾਰੀ ਉਹਨਾਂ ਨੇ ਲਾਭਿਆ ਉੱਥੇ ਕਿਆ ਖੂਬਸੂਰਤ ਇੱਕ ਮੰਜ਼ਰ ਸੀ ਅਤੇ ਮਿਊਜ਼ਿਕ ਜਿਹੜਾ ਇਹ ਸਭ ਤੋਂ ਵੱਡਾ ਇੱਕ ਜ਼ਰੀਆ ਹੈ ਦੁਨੀਆ ਦੇ ਵਿੱਚ ਮੈਂ ਸਮਝਦਾ ਕਿ ਕੁਦਰਤ ਨੇ ਜੋ ਵੀ ਚੀਜ਼ ਇਨਸਾਨਾਂ ਵਾਸਤੇ ਰੱਖੀ ਹੈ ਹਰ ਉਹ ਚੀਜ਼ ਅਹਿਮ ਹੈ ਖਾਓ ਮਜ਼ਹਬ ਦੀ ਤਾਂ ਇੱਕ ਬੁਨਿਆਦੀ ਹੈਸੀਅਤ ਹੈ ਉਹ ਤਾਂ ਸਾਡੀ ਇੱਕ ਮੈਂ ਸਮਝਦਾ ਕਿ ਇੱਕ ਸਪਿਰਚੁਅਲ ਜਿਹੜੀ ਗਰੋਥ ਹੁੰਦੀ ਹੈ ਉਹਦੇ ਵਿੱਚ ਸਾਨੂੰ ਇਨਸਾਨਾਂ ਨੂੰ ਉਹ ਮਜ਼ਹਬ ਦਾ ਸਭ ਤੋਂ ਵੱਡਾ ਮਕਸਦ ਜਿਹੜਾ ਉਹ ਇਨਸਾਨ ਦੇ ਅੰਦਰ ਡਿਸਿਪਲਿਨ ਪੈਦਾ ਕਰਨਾ ਅਤੇ ਉਹਦੇ ਤਹਿਤ ਤਾਂ ਤੁਸੀਂ ਦੇਖੋ ਮਜ਼ਹਬ ਵੀ ਜਿਹੜਾ ਉਹਦੇ ਅੰਦਰ ਵੀ ਤੁਸੀਂ ਦੇਖਿਆ ਕਿ ਸਾਰੀਆਂ ਚੀਜ਼ਾਂ ਜਿਹੜੀ ਨੇ ਉਹੀ ਨੇ ਕਿ ਇਨਸਾਨਾਂ ਦੀ ਅਤੇ ਹਰ ਚੀਜ਼ ਮਿਊਜ਼ਿਕ ਮਤਲਬ ਕਲਚਰ ਹੋਏ ਦੁਨੀਆ ਦੀ ਕੋਈ ਵੀ ਤੁਸੀਂ ਇਲਮ ਲੈ ਲਓ ਉਹਦੇ ਵਿੱਚ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਅਮਨ ਦਾ ਕੋਈ ਨਾ ਕੋਈ ਜਿਹੜਾ ਪਹਿਲੂ ਹੈ ਦੇਖੋ ਜੀ ਹਰ ਧਰਮ 'ਚ ਅਮਨ ਹੀ ਹੈ ਹਰ ਚੀਜ਼ ਅਮਨ ਨੂੰ ਸਭ ਤੋਂ ਅੱਗੇ ਰੱਖਿਆ ਇਹ ਕਈ ਆਪਣੇ ਪਰਸਨਲ ਪੋਜੀਸ਼ਨ ਲੈ ਲਓ ਜਾਂ ਆਪਣੀ ਆਪਣੀ ਪਾਵਰ ਦਿਖਾਉਣ ਲਈ ਉਹਦਾ ਮਿਸਯੂਜ਼ ਕਰਦੇ ਕੋਈ ਵੀ ਐਸਾ ਧਰਮ ਨਹੀਂ ਹੈਗਾ ਜਿਹੜਾ ਕਹਿੰਦਾ ਨਹੀਂ ਕਿ ਅਮਨ ਸ਼ਾਂਤੀ ਨਹੀਂ ਸਾਰੇ ਇਹੀ ਕਹਿੰਦੇ ਨੇ ਕਿ ਅਮਨ ਔਰ ਸ਼ਾਂਤੀ ਔਰ ਪਿਆਰ ਹੋਣਾ ਚਾਹੀਦਾ ਸੋ ਅਮਨ ਔਰ ਸ਼ਾਂਤੀ ਦਾ ਪਾਗਲ ਕਰੇ ਸੀ ਅੱਜ ਇੱਕ ਹੋਰ ਮੈਂ ਤੁਹਾਨੂੰ ਉਹਨਾਂ ਨੂੰ ਯਾਦ ਕਰਾ ਦਵਾਂ ਕਿ ਅੱਜ ਫਾਦਰਸ ਡੇ ਵੀ ਹੈ ਜੀ ਅਤੇ ਆਪਾਂ ਫਾਦਰਸ ਡੇ 'ਤੇ ਮੈਂ ਕਹਾਂਗੀ ਐਡੀ ਵੱਡੀ ਹਸਤੀ ਸਾਡੇ ਨਾਲ ਆਏ ਨੇ ਪੀਸ ਦਾ ਪੈਗਾਮ ਲੈ ਕੇ ਫਾਦਰਸ ਡੇ 'ਤੇ ਆਪਾਂ ਕੀ ਗੱਲ ਕਰਨੀ ਹੈ ਇਹ ਮੈਨੂੰ ਹੁਣੇ ਜੋ ਪਤਾ ਲੱਗਿਆ ਮੇਰੇ ਨਾਲ ਕਿਵੇਂ ਮੈਂ ਤੁਹਾਨੂੰ ਦੱਸਾਂਗੀ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਮਿਲਦੇ ਹਾਂ ਗਾਇਜ਼ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਾਏਗੀ ਦਿਲ ਕੀ ਧੜਕਨ ਇਸ ਬਾਰ ਜਬ ਹਮ ਹੋਗੇ ਯੂਐਸ ਐਂਡ ਕੈਨੇਡਾ ਮੈਂ ਇਸਕਾ ਮਤਲਬ ਇਹ ਹੁਆ ਕਿ ਸਵੈਗ ਸੇ ਸਵਾਗਤ ਕਰਨਾ ਪੜੇਗਾ ਹੀ ਆਪਕੋ ਹਮਾਰਾ
स्वागत स्वैग से करेंगे सबका स्वागत। वेलकम बैक गाइस, तुसी देख रहे हो जस्ट चिल विद मिस्टर एंड मिसेस गिल। और आज साढ़े नाल चिल कर रहे ने एक और शख्स डॉक्टर काजमी जी। और हुन शो ब्रेक लैन तो पहले सी क्या सीगा कि हैप्पी फादर्स डे, और मैं क्या सीगा फादर्स डे कहना किवें गुजरिया हाल तक मेरे घर। पीस की गल कर रहे सी, मैनू लगता सब तो ज़्यादा पीस तो हसबेंड एंड वाइफ के विच होनी चाहिए है, क्योंकि ये दोवें पीस की बुनियाद ने। तुसी भी मैरिड हो जी, राइट? ते फीमेल जदों एक हसबेंड नू कुछ चीज़ कहती है तो विचली लाइन खा जाती अपने आप अंडरस्टैंड करे सवेरे ने उठ के मैंने कहा कि अज भुलना ना कॉल करनी है। मैं बड़ा आराम, मैं क्या किनू कॉल करनी है? मैं इधर देखा उधर देखा, दो चार दोस्त यार कॉल कर रहे कि मैं क्या कोई फंक्शन है, कोई पार्टी है? नहीं। तो दोपहरे आके फिर कहती तुसी कॉल करनी भुलना ना, कर ली कॉल? मैं कह नहीं मैं कर लैंना कॉल। थोड़ी देर च मैंने आके कहती फादर्स डे, मैं कहो तेरी, मैं चक के फोन इंडिया लाया, गल की अपने फादर नाल, इधर उधर आए। थोड़ी देर पहला शो शुरू कहती तुसी गल की? मैं क्या हाँ मैं तो दो घंटे पहला कर ली। कहती मेरी हुणे गल ही तुसी की नहीं? मैं कहो तो कि गल कर रही है? कहती तुसी मेरे डैडी नाल नहीं गल की? सो मैं फिर उन्होंने भी कॉल लाई। ਦੋਵੇਂ ਫਾਦਰ ਨੇ ਵਾਕਈ ਇੱਕ ਧੀ ਜਿਹਦੀ ਆਉਂਦੀ ਉਹ ਵੀ ਪਿਤਾ ਸਮਾਨ ਹੀ ਹੈ, ਕਿਉਂਕਿ ਉਹ ਉਹਨੇ ਆਪਣੀ ਕਹਿੰਦੇ ਨੇ ਸਾਰੀ ਜ਼ਿੰਦਗੀ ਦੀ ਕਮਾਈ ਹੀ ਤੁਹਾਡੇ ਹੱਥ 'ਚ ਦੇ। ਬਿਲਕੁਲ ਐਸਾ ਹੀ ਹੈ। ਮੁਹੱਬਤ ਦਾ ਇੱਕ ਸਿੰਬਲ ਹੈ ਫਾਦਰ, ਜਿਹੜਾ ਨਾ ਇੱਕ ਅਲਾਮਤ ਹੈ ਮੁਹੱਬਤ ਦੀ, ਜਿਹੜਾ ਸਾਰੀ ਉਮਰ ਮੁਸ਼ਕਤਾਂ ਆਪਣੇ ਆਪ ਨੂੰ ਆਪਣੇ ਆਪ 'ਤੇ ਜਬਰ ਕਰਕੇ ਔਰ ਮਿਹਨਤ ਮਜ਼ਦੂਰੀ ਕਰਕੇ ਕਿਤੇ ਕੋਈ ਵੱਡੇ ਨਾਂ ਦੇ ਨਾਲ ਵੀ ਲੋਕ ਹੁੰਦੇ ਨੇ, ਲੇਕਿਨ ਵਾਲਿਦ ਦੀ ਮੁਸ਼ਕਤ ਔਰ ਮਿਹਨਤ ਜਿਹੜੀ ਹੁੰਦੀ ਹੈ ਨਾ, ਉਹ ਮੈਂ ਸਮਝਣਾ, ਅਗਰ ਮੇਰੀ ਗੱਲ ਦਾ ਕੋਈ ਹੋਰ ਮਤਲਬ ਨਾ ਲਿਆ ਜਾਵੇ, ਅਤੇ ਰੱਬ ਅਗਰ ਜ਼ਮੀਨ 'ਤੇ ਆਏ ਤਾਂ ਸ਼ਾਇਦ ਮੈਂ ਸਮਝਣਾ ਕਿ ਉਹ ਇੰਨੀ ਮਿਹਨਤ ਕਰ ਸਕੇ ਜਿੰਨਾ ਬਾਪ ਕਰਦਾ। ਬਿਲਕੁਲ ਸਹੀ। ਔਰ ਰੱਬ ਦਾ ਦੂਸਰਾ ਨਾਂ ਹੈ, ਐਸੇ ਵਾਸਤੇ ਤੁਸੀਂ ਦੇਖਿਆ ਕਿ ਮੁਖਤਲਿਫ ਮਜ਼ਾਹਬ ਦੇ ਅੰਦਰ ਖੁਦਾ ਨੂੰ ਬਾਅਦ ਵਕਤ ਫਾਦਰ ਕਹਿ ਕੇ ਮੁਖਾਤਬ ਕੀਤਾ ਜਾਂਦਾ। ਵਟਸ ਦਾ ਰੀਜ਼ਨ ਬਿਹਾਈਂਡ? ਇੱਕ ਬਹੁਤ ਵੱਡੀ ਗੱਲ ਹੈ। ਮੈਂ ਤੁਸੀਂ ਕਹੋਗੇ ਲਓ ਜੀ ਇਹ ਪਰਤ ਦਰ ਪਰਤ ਮੁਖਤਲਿਫ ਚੀਜ਼ਾਂ ਨਿਕਲ ਆਉਂਦੀਆਂ ਨੇ। ਫੈਮਿਲੀ ਫੈਡਰੇਸ਼ਨ ਫੋਰ ਵਰਲਡ ਪੀਸ, ਦੁਨੀਆ 'ਚ ਜਿਹੜਾ ਇੱਕ ਖਾਨਦਾਨੀ ਨਿਜ਼ਾਮ ਦਾ ਡਿਕਲਾਈਨ ਜਿਹੜਾ, ਜਿਹਦੇ ਵਿੱਚ ਅਸੀਂ ਆਪਣੇ ਮਾਂ ਦੀ ਪਿਓ ਦੀ ਇੱਜ਼ਤ ਕਰਨਾ, ਬੱਚਿਆਂ ਨੂੰ ਦੇਖਣਾ, ਉਹਨਾਂ ਨੂੰ ਲੁੱਕ ਆਫਟ ਕਰਨਾ, ਉਹਨੂੰ ਅਸੀਂ ਕਿਤੇ ਭੁੱਲਦੇ ਜਾ ਰਹੇ ਹਾਂ। ਉਸ ਆਰਗਨਾਈਜੇਸ਼ਨ ਨੇ ਦੁਨੀਆ ਦੇ ਵਿੱਚ ਉਸ ਨਿਜ਼ਾਮ ਨੂੰ ਦੁਬਾਰਾ ਉਹਦੇ ਰਿਵਾਈਵਲ ਵਾਸਤੇ, ਉਹਨੂੰ ਪ੍ਰੋਟੈਕਟ ਕਰਨ ਵਾਸਤੇ, ਉਹਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਕੰਮ ਕੀਤਾ। ਮੈਂ ਉਹਦਾ ਸਾਦਰ ਸਾਂ ਫੈਮਿਲੀ ਫੈਡਰੇਸ਼ਨ ਫੋਰ ਵਰਲਡ ਪੀਸ ਦਾ। ਅਸੀਂ ਦੁਨੀਆ ਜਹਾਂ 'ਚ ਮੁਖਤਲਿਫ ਸਿੰਪੋਜ਼ੀਅਮਸ ਕੀਤੇ ਕਿ ਖਾਨਦਾਨੀ ਫੈਮਿਲੀ ਫੈਸਟੀਵਲਸ ਕੀਤੇ, ਮੀਆਂ ਬੀਵੀ ਨੂੰ ਮਿਲਾਉਣਾ, ਜਿੱਥੇ ਨਾਰਾਜ਼ ਹੋਏ ਹੋਣ ਉੱਥੇ ਇਕੱਠਾ ਕਰ ਦੇਣਾ ਖਾਨਦਾਨ ਨੂੰ ਕਰਨਾ। ਬਾਪ ਦਾ ਰੋਲ ਜਿਹੜਾ ਹੈ, ਮੈਂ ਸਮਝਦਾ ਕਿ ਇੰਨਾ ਡਿਫਾਈਨਡ ਰੋਲ ਹੈ ਜਿਹੜਾ ਗਿੱਲ ਜੀ, ਅਸੀਂ ਉਹਨੂੰ ਲਫਜ਼ਾਂ 'ਚ ਬਿਆਨ ਨਹੀਂ ਕਰ ਸਕਦੇ, ਨਹੀਂ ਕਰ ਸਕਦੇ। ਉਹਨੂੰ ਸਿਰਫ ਮੁਹੱਬਤ ਦੇ ਨਾਲ ਅਸੀਂ ਦੇ ਸਕਦੇ ਹਾਂ। ਔਰ ਮੁਹੱਬਤ ਹੈ ਕਿ ਅੱਜ ਦੇ ਦਿਨ ਅਸੀਂ ਕਹੀਏ ਕਿ ਅਸੀਂ ਸਲੂਟ ਕਰਦੇ ਹਾਂ ਆਪਣੇ ਮਾਂ ਪਿਓ ਨੂੰ, ਆਪਣੇ ਬਾਪ ਨੂੰ, ਹੈ ਜੀ, ਕਿ ਸਭ ਤੋਂ ਵੱਡੀ ਗੱਲ। ਬਿਲਕੁਲ ਸਹੀ ਹੈ। ਵੈਸੇ ਤਾਂ ਕਹਿੰਦੇ ਮਾਂ ਬਾਪ ਨੂੰ ਤਾਂ ਰੋਜ਼ ਹੀ ਸਲੂਟ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੇ ਜਿਵੇਂ ਸਾਨੂੰ ਪਾਲਿਆ ਪੋਸਿਆ, ਜਾਂ ਅਸੀਂ ਜਾਣਨਾ ਜਾਂ ਉਹ ਜਾਣਦੇ ਨੇ। ਬਿਲਕੁਲ। ਲੇਕਿਨ ਇੱਕ ਐਸਾ ਦਿਨ ਮੁਕਰਰ ਕੀਤਾ ਗਿਆ ਕਿ ਉਸ ਦਿਨ ਜਿਵੇਂ ਮੈਂ ਕੀ ਕਿਹਾ ਕਿ ਹਰ ਬੱਚਾ ਆਪਣੇ ਪੇਰੈਂਟਸ ਦਾ ਥੈਂਕ ਯੂ ਕਰ ਰਿਹਾ ਹੈ। ਔਰ ਅੱਜ ਇੱਕ ਹੋਰ ਚੀਜ਼ ਬਹੁਤ ਜ਼ਰੂਰੀ ਹੈ ਕਿ ਅੱਜ ਦਾ ਦਿਨ ਰੱਬ ਦਾ ਵੀ ਥੈਂਕ ਯੂ ਕਰਨਾ ਬਹੁਤ ਜ਼ਰੂਰੀ, ਕਿਉਂਕਿ ਉਹ ਵੀ ਸਾਡਾ ਪਿਓ ਹੈ। ਬਿਲਕੁਲ ਬਿਲਕੁਲ ਬਿਲਕੁਲ। ਉਹੀ ਮੈਂ ਅਰਜ਼ ਕੀਤਾ ਨਾ ਕਿ ਮਜ਼ਹਬੀ ਪਰਸਪੈਕਟਿਵ ਦੇਖੋ ਤਾਂ ਲੋਕਾਂ ਨੇ ਖੁਦਾ ਨੂੰ ਵੀ ਇੱਕ ਬਾਪ ਦੀ ਹੈਸੀਅਤ ਨਾਲ, ਔਰ ਚੂੰਕਿ ਪਾਲਣਹਾਰ ਹੈ ਨਾ, ਪਾਲਦਾ ਸਭ ਨੂੰ ਪੂਰੀ ਦੁਨੀਆ ਦਾ ਸਾਰੇ। ਅਤੇ ਅੱਜ ਮੈਂ ਮੇਰਾ ਬੇਟਾ ਮੁਹੰਮਦ ਅਲੀ, ਬੇਸਿਕਲੀ ਹੀ ਇਜ਼ ਵਰਕਿੰਗ ਇਨ ਦੀ ਫਿਲਮ ਏਰੀਆ ਯੂ ਨੋ, ਹਾਂ, ਔਰ ਲੋਸ ਏਂਜਲਿਸ ਹੈ। ਅਤੇ ਉਹਨੇ ਮੈਨੂੰ ਜਿਹੜਾ ਮੈਸੇਜ ਭੇਜਿਆ, ਮੈਂ ਸਮਝਿਆ ਕਿ ਹਾਂ ਫਾਦਰਸ ਡੇ 'ਤੇ, ਉਹਨੇ ਕਿਹਾ ਕਿ ਮੈਂ ਤੁਹਾਡੇ ਬਗੈਰ ਤਾਂ ਕੁਝ ਵੀ ਨਹੀਂ ਸਾਂ, ਔਰ ਮੈਂ ਹਾਲੇ ਵੀ ਸੋਚਣਾ ਕਿ ਮੈਂ ਤੁਹਾਡੇ ਬਗੈਰ ਕੁਝ ਨਹੀਂ ਹਾਂ, ਔਰ ਮੈਂ ਆਇੰਦਾ ਵੀ ਇਹੋ ਹੀ ਸੋਚਾਂਗਾ ਮੈਂ ਤੁਹਾਡੇ ਬਗੈਰ ਕੁਝ ਨਹੀਂ ਹਾਂ। ਇਹ ਮੈਂ ਸਮਝਣਾ ਕੁਝ ਨਾ ਹੋਣ ਦਾ ਤਸੱਵਰ ਜਿਹੜਾ ਨਾ ਇੱਕ, ਕਿ ਇਹ ਉਹਦੀ ਇੱਕ ਮੈਂ ਸਮਝਣਾ ਆਉਣ ਵਾਲੇ ਦਿਨ ਵਾਸਤੇ ਇੱਕ ਦੁਆ ਦਾ ਇੱਕ ਸਿਲਸਿਲਾ ਹੋਏਗਾ। ਔਰ ਉਹ ਗਰੋ ਕਰ ਰਿਹਾ, ਜਦੋਂ ਇਨਸਾਨ ਇਹ ਸਮਝ ਲੈ ਕਿ ਮੈਂ ਕੁਛ ਹੋ ਗਿਆ ਹਾਂ, ਸਮਝ ਜਾਓ ਕਿ ਉਹਦਾ ਜੀ। ਕਿਉਂਕਿ ਅੱਜ ਮੇਰੀ ਬੇਟੀ ਨੇ ਫੇਸਬੁੱਕ 'ਚ ਲਿਖ ਕੇ ਪਾਇਆ, ਉਹਨੇ ਲਿਖਿਆ ਕਿ ਥੈਂਕ ਯੂ ਡੈਡ ਕਿ ਮੈਂ ਆਪਣੀ ਬੇਟੀ ਨੂੰ ਬੇਟੇ ਅੰਗਰ ਪਾਲਿਆ।
ਮੈਂ ਦੋਵਾਂ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ, ਇਸ ਕਰਕੇ ਉਹਦਾ ਨਾਂ ਆਮ ਤੌਰ 'ਤੇ ਸਾਡੇ 'ਚ ਹੁੰਦਾ ਕੌਰ ਨਾਂ, ਸਾਦਗੀ ਕੌਰ ਗਿੱਲ, ਮੈਂ ਉਹਦਾ ਨਾਂ ਰੱਖਿਆ ਸਾਦਗੀ ਸਿੰਘ ਗਿੱਲ। ਵਾਹ, ਬਿਊਟੀਫੁਲ, ਕਿਉਂਕਿ ਉਹ ਮੇਰੀ ਪਹਿਲੀ ਔਲਾਦ ਸੀ ਅਤੇ ਸਾਰੇ ਸਾਡੇ ਘਰਾਂ 'ਚ ਹੁੰਦਾ ਕਿ ਪਹਿਲਾਂ ਪੁੱਤਰ ਹੋਵੇ, ਪਹਿਲਾਂ ਪੁੱਤਰ ਹੋਵੇ, ਅਤੇ ਮੈਂ ਉਹਦਾ ਨਾਂ ਹੀ ਸਾਦਗੀ ਸਿੰਘ ਕਰਕੇ ਉਹਨੂੰ ਮੈਂ ਜੁਝਾਰੂ ਬਣਾਤਾ ਕਿ ਤੂੰ ਲੜਨਾ, ਤੂੰ ਇੱਕ ਪੁੱਤਰ ਹੀ ਮੰਨਣਾ, ਔਰ ਤੁਸੀਂ ਸਰਪ੍ਰਾਈਜ਼ ਹੋਵੋਗੇ। ਅਤੇ ਇਹ ਇਹ ਦਿਨ ਹੀ ਐਸਾ ਇਮੋਸ਼ਨਲ ਵੀ ਹੈ, ਲੇਕਿਨ ਇੱਕ ਹੋਰ ਗੱਲ ਵੀ ਹੈ, ਜਿਵੇਂ ਸਵੇਰੇ ਗਿਫਟ ਆਇਆ ਮੇਰੇ ਲਈ, ਡੈਡ ਆਈ ਬੋਟ ਯੂ ਦਿਸ, ਓਕੇ ਆਈ ਬੋਟ ਯੂ ਦਿਸ, ਮੇਰੇ ਸਨ ਨੇ ਵੀ ਕਿਹਾ ਓਕੇ, ਕੱਲ੍ਹ ਮੇਰੇ ਤੋਂ $100 ਲੈ ਕੇ ਗਏ ਸੀ, ਇਹਨੇ ਵੀ ਮੈਨੂੰ ਲਿਆ ਕੇ ਪਰਫਿਊਮ ਦਿੱਤਾ $50 ਦਾ, ਤੇ ਮੈਂ ਕਿਹਾ ਮੈਂ ਕਿਹਾ ਮੈਨੂੰ ਮੇਸੀਸ ਤੋਂ ਕਾਲ ਆਇਆ ਸੀ ਕਿ $550 ਤੇਰੇ ਕਾਰਡ 'ਤੇ ਚੜੇ ਨੇ, ਅਤੇ ਕਹਿੰਦੀ ਫਿਰ ਜਿੰਨੇ ਪੈਦਾ ਕੀਤੇ ਨੇ 500 ਦੀ ਉਹਦੀ ਸ਼ੋਪਿੰਗ ਜਿਹੜੀ ਜਾਗਦੀ ਹੈ ਸਾਨੂੰ ਕਿਸੇ ਹੋਰ ਅੰਦਾਜ਼ ਸਮਝ। ਲੇਕਿਨ ਇੱਕ ਚੀਜ਼ ਮੈਂ ਸਮਝਦਾ, ਗਿੱਲ ਸਾਹਿਬ ਇਸ ਵੇਲੇ ਰਿਸਪੋਂਸਿਬਿਲਿਟੀ ਵੱਧ ਗਈ ਹੈ ਕਿ ਅਸੀਂ ਬਾਪ ਨੂੰ ਬਾਪ ਹੀ ਸਮਝੀਏ, ਔਰ ਦੁਨੀਆਂ ਦੇ ਵਿੱਚ ਅਗਰ ਬਾਪ ਦੇ ਰੋਲ ਨੂੰ ਸਮਝ ਕੇ ਉਹਨੂੰ ਮੁਹੱਬਤ ਦੇਣਾ ਸ਼ੁਰੂ ਕਰ ਦੇਈਏ ਤਾਂ ਸਾਡਾ ਖਾਨਦਾਨੀ ਨਿਜ਼ਾਮ ਦਰੁਸਤ ਹੋਏਗਾ। ਅਗਰ ਖਾਨਦਾਨੀ ਨਿਜ਼ਾਮ ਦਰੁਸਤ ਹੋ ਗਿਆ ਤਾਂ ਦੁਨੀਆਂ ਵਿੱਚ ਅਸੀਂ ਜਿਹੜਾ ਪਹਿਲੀ ਗੱਲ ਕਰ ਰਹੇ ਸੀ ਨਾ, ਅਮਨ ਦੀ ਸ਼ਾਂਤੀ ਹੋ ਜਾਏਗੀ। ਬਿਲਕੁਲ, ਬਹੁਤ ਜ਼ਰੂਰੀ ਚੀਜ਼ ਹੈ ਕਿ ਜਿਹਦੇ ਵੱਲ ਤੁਸੀਂ ਤਵੱਜੋ ਦੇ। ਬਿਲਕੁਲ ਸਹੀ ਹੈ, ਕਹਿੰਦੇ ਨੇ ਕਿ ਪਹਿਲਾਂ ਸਭ ਤੋਂ ਪਹਿਲਾਂ ਸ਼ਾਂਤੀ ਘਰੇ ਹੋਵੇ, ਬੱਚੇ ਪਰਿਵਾਰ 'ਚ ਪਿਆਰ ਹੋਵੇ, ਉਹ ਅਮਨ ਲੈ ਕੇ ਆਏਗਾ, ਸ਼ਾਂਤੀ ਸਭ ਕੁਛ ਸਾਰਾ ਕੁਛ ਘਰ 'ਚ ਹੀ ਹੈ। ਜੇ ਅਸੀਂ ਆਪਣਾ ਘਰ ਸੁਧਾਰ ਲਿਆ, ਅਸੀਂ ਆਪਣਾ ਪਰਿਵਾਰ ਸੁਧਾਰ ਲਾਂਗੇ, ਖਾਨਦਾਨ ਸੁਧਾਰ ਲਾਂਗੇ, ਬਹੁਤ ਖੂਬਸੂਰਤ, ਬਹੁਤ ਖੂਬਸੂਰਤ। ਤੁਸੀਂ ਦੋਵੇਂ ਜਿਸ ਖਿਆਲ ਦੇ ਨਾਲ ਗੱਲ ਕਰ ਰਹੇ ਹੋ ਨਾ, ਉਹ ਖਿਆਲ ਇੰਨਾ ਖੂਬਸੂਰਤ ਹੈ ਔਰ ਜ਼ਿਆਦਾ ਮਾਨੇ ਹੁੰਦਾ ਹੈ, ਉਹ ਜ਼ਿਆਦਾ ਮੈਂ ਸਮਝਣਾ ਕਿ ਉਹਦਾ ਮੀਨਿੰਗਫੁੱਲ ਹੋ ਜਾਂਦਾ ਕਿ ਜਦੋਂ ਰਿਸ਼ਤਿਆਂ 'ਚ ਪਰੋਏ ਹੋਏ ਲੋਕ ਦੋ ਗੱਲ ਕਰ ਰਹੇ ਹੋ, ਉਹਦਾ ਇੱਕ ਮਤਲਬ ਹੋਰ ਵੀ ਹੋ ਜਾਂਦਾ। ਮੈਂ ਸਮਝਦਾ ਕਿ ਰਿਸ਼ਤਿਆਂ ਦੀ ਬੜੀ ਅਹਿਮੀਅਤ ਹੈ, ਰਿਸ਼ਤਿਆਂ ਦੀ ਕਦਰ ਕਰਨੀ ਚਾਹੀਏ ਔਰ ਇਨਸਾਨੀ ਰਿਸ਼ਤਾ ਜਿਹੜਾ ਉਹਨੂੰ ਵੀ ਅਹਿਮੀਅਤ ਦੇਣੀ ਚਾਹੀਦੀ ਸਭ ਤੋਂ ਜ਼ਿਆਦਾ। ਇਨਸਾਨੀਅਤ ਦਾ ਰਿਸ਼ਤਾ ਦੂਸਰੇ ਲੋਕਾਂ ਨੂੰ ਸਮਝ ਕੇ ਉਹਨਾਂ ਦੇ ਨਾਲ ਤਾਲੁਕ ਔਰ ਜਿੱਥੇ ਕੋਈ ਜ਼ਰੂਰਤਮੰਦ ਹੈ ਉਹਦੀ ਜ਼ਰੂਰਤ ਪੂਰੀ ਕੀਤੀ ਜਾਏ। ਅੱਜ ਮੈਂ ਸਮਝਦਾ ਕਿ ਅਗਰ ਕੋਈ ਬਜ਼ੁਰਗ ਆਦਮੀ ਦੇਖੇ ਕੋਈ ਬਾਬਾ ਕੋਈ ਬੈਠਾ ਹੋਇਆ, ਉਹਨੂੰ ਸਮਝੇ ਕਿ ਮੈਂ ਆਪਣੇ ਬਾਪ ਦੀ ਖਿਦਮਤ ਨਹੀਂ ਕਰ ਸਕਿਆ ਲੇਕਿਨ ਇਸ ਬਜ਼ੁਰਗ ਦੀ ਮੈਂ ਕਰਦੇ ਹਾਂ, ਅਤੇ ਉਹ ਆਏਗਾ, ਉਹਦੀ ਰੂਹ ਵੀ ਖੁਸ਼ ਹੋਏਗੀ, ਮਾਸ਼ਰੀ ਤਰੱਕੀ ਵੀ ਆਏਗੀ ਔਰ ਤੁਸੀਂ ਕਿਸੇ ਦੀ ਮਦਦ ਵੀ ਕਰ ਸਕੋਗੇ। ਬਿਲਕੁਲ, ਲਓ ਜੀ, ਮੈਨੂੰ ਤਾਂ ਲੱਗਦਾ ਹੈ ਡਾਕਟਰ ਸਾਹਿਬ ਦੀਆਂ ਪਰਤਾਂ ਇੰਨੀਆਂ ਖੁੱਲ੍ਹ ਰਹੀਆਂ ਨੇ ਕਿ ਪਤਾ ਨਹੀਂ ਕਿੰਨੇ ਐਪੀਸੋਡ ਸਾਨੂੰ ਚਾਹੀਦੇ ਹੋਣਗੇ ਔਰ ਸਾਨੂੰ ਵਾਕਈ ਐਪੀਸੋਡ ਹੀ ਚਾਹੀਦੇ ਨੇ। ਇਹ ਮੈਂ ਵਾਕਈ ਇੱਥੇ ਲੈ ਕੇ ਆ ਰਹੀ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਵਾਰ ਵਾਰ ਅਸੀਂ ਬੁਲਾਈਏ ਔਰ ਇੰਨਾ ਸਾਰਾ ਜਿਹੜਾ ਇਹਨਾਂ ਕੋਲ ਖਜ਼ਾਨਾ ਛੁਪਿਆ ਹੋਇਆ, ਅੰਦਰ ਦੱਬਿਆ ਹੋਇਆ ਇਹਨਾਂ ਕੋਲ, ਅੱਜ ਤੇ ਸਿਰਫ ਅਸੀਂ ਇਹਨਾਂ ਦਾ ਡਾਕਟਰੀ ਰੂਪ ਸਾਹਮਣੇ ਲੈ ਕੇ, ਕਿਸ ਦਿਨ ਇਹਨਾਂ ਨੂੰ ਮੈਂ ਟੋਪੀ ਟੋਪੀ ਪਵਾ ਕੇ ਸ਼ੇਅਰ ਪਰਸਨਲੀ ਗੁਲਾਬ ਸ਼ਲਾਬ ਮਿਰਜ਼ਾ ਗਾਲੀ ਬਣਾ ਕੇ ਸਾਹਮਣੇ, ਬਿਲਕੁਲ ਐਸਾ ਹੋਏਗਾ। ਸੋ ਜੋ ਇਹਨਾਂ ਦੇ ਅੰਦਰ ਹੈ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ ਕਿ ਦੱਸਾਂਗੇ ਕਿ ਐਗਜ਼ੈਕਟਲੀ ਕਿ ਅੰਦਰ ਕਾਜ਼ਮੀ ਜੀ ਕਿਸ ਤਰ੍ਹਾਂ ਦੇ ਨੇ। ਬਾਕੀ 23 ਤਰੀਕ ਨੂੰ ਜੋ ਹੋਏਗਾ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚਾਈਏ, ਇਹਨਾਂ ਨੂੰ ਫਿਰ ਲੈ ਕੇ ਆਵਾਂਗੇ ਸ਼ੋਅ ਦੇ ਉੱਪਰ ਔਰ ਇੰਜੀ ਹਰ ਬੰਦਾ ਅਗਰ ਅਮਨ ਜਾਂ ਸ਼ਾਂਤੀ ਵਾਲੇ ਪਾਸੇ ਤੁਰੇਗਾ ਤੇ ਇੱਕ ਦਿਨ ਇਹ ਆਏਗੀ, ਆਏਗੀ, ਡੈਫੀਨਿਟਲੀ ਜ਼ਰੂਰ ਆਏਗੀ। ਕਹਿੰਦੇ ਨੇ ਬੂੰਦ ਬੂੰਦ ਸੇ ਸਾਗਰ ਭਰਤਾ ਹੈ, ਤੇ ਇਹ ਬੂੰਦ ਤੁਸੀਂ ਸ਼ੁਰੂ ਕਰੋ, ਸਾਗਰ ਆਪ ਹੀ ਭਰੇਗਾ। ਬੰਬੇ 'ਚ ਸਾਡੇ ਘਰ ਦੇ ਨਾਲ ਜਿਹੜੀ ਕੁੜੀ ਕੰਮ ਕਰਦੀ ਸੀ ਉਹਦਾ ਨਾਂ ਸ਼ਾਂਤੀ ਸੀ, ਹੁਣ ਆ ਜਾਵੇ ਜਾਣੀ। ਕੀ ਖੂਬਸੂਰਤ ਗੱਲ ਕੀਤੀ, ਅਮਨ ਵੀ ਕੁੜੀਆਂ ਦੇ ਨਾਮ ਹੁੰਦੇ ਨੇ। ਇਹੋ ਜੀ ਕੋਈ ਸ਼ਾਂਤੀ ਨਹੀਂ ਚਾਹੀਦੀ ਜਿਹਦੇ ਨਾਲ ਘਰ ਦੀ ਸ਼ਾਂਤੀ ਆ ਪੱਗ ਹੋ ਜਾਏ। ਸ਼ਾਂਤੀ ਜ਼ਰੂਰ ਲੈ ਕੇ ਆਣੀ ਹੈ ਲੇਕਿਨ ਜਿਹੜੀ ਮਨ ਦੀ ਸ਼ਾਂਤੀ ਹੈ ਗੁਆਂਢੀ ਨਹੀਂ। ਸੋ ਲਓ ਜੀ, ਮੋਨੀ ਗਿੱਲ ਵੱਲੋਂ ਤੇ ਆਪਾਂ ਹੁਣ ਇਜਾਜ਼ਤ ਲਈਏ। ਬੜੀ ਨਵਾਜ਼ੀ, ਓਕੇ ਜੀ, ਸਤਿ ਸ਼੍ਰੀ ਅਕਾਲ।